ਕਬੀਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਨੰਦ ਚੰਦ ਹੌਸਲੇ ਵਾਲਾ ਹੈ, ਸੂਰਮਾ ਹੈ, ਗੁਰੂ ਘਰ ਦਾ ਮੁਖੀ ਹੈ ਅਤੇ ਗੁਰੂ ਘਰ 'ਚ ਤਨ ਮਨ ਧਨ ਨਾਲ ਸੇਵਾ ਕਰਦਾ ਹੈ, ਹਰ ਤਰ੍ਹਾਂ ਨਾਲ ਯੋਗ ਹੈ, ਲਾਇਕ ਹੈ। ਸਤਿਗੁਰੂ ਇਹਨੂੰ ਦੀਵਾਨ ਬਣਾਉਣਾ ਚਾਹੁੰਦੇ ਨੇ, ਇਹਨੂੰ ਉੱਚਾ ਅਹੁਦਾ ਦੇਣਾ ਚਾਹੁੰਦੇ ਨੇ। ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ, ਕਾਰ ਮੁਖਤਿਆਰੀ ਭਾਈ ਦੀਵਾਨ ਆਨੰਦ ਚੰਦ ਨੂੰ ਦੇਣ ਲੱਗੇ ਹਨ। ਸਤਿਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ ਵੱਖਰੇ ਤੌਰ ਤੇ। ਕਿਰਪਾਲੂ ਕਲਗੀਧਰ ਪਾਤਸ਼ਾਹ ਆਪਣੇ ਮਾਮਾ ਕਿਰਪਾਲ ਚੰਦ ਨੂੰ ਪੁੱਛਦੇ ਨੇ, ਕਹਿੰਦੇ ਮਾਮਾ ਜੀ, ਇਹ ਨੌਜਵਾਨ ਗੱਭਰੂ ਬੜਾ ਸੂਰਮਾ ਹੈ, ਬੜਾ ਦਲੇਰ ਹੈ ਤੇ ਸਿਆਣਾ ਵੀ ਬੜਾ ਹੈ, ਬੜਾ ਸਮਝਦਾਰ ਹੈ ਇਹ ਦੀਵਾਨ ਆਨੰਦ ਚੰਦ। ਇਹ ਜੰਗ ਦੇ ਮੈਦਾਨ ਵਿੱਚ ਵੈਰੀ ਨਾਲ ਲੜਨ ਵਾਸਤੇ ਵੀ ਬੜਾ ਦਲੇਰ ਹੋਵੇਗਾ, ਕਿਉਂਕਿ ਬੰਦੇ ਦਾ ਹੌਸਲਾ ਲੜਦਾ ਹੁੰਦਾ, ਸਰੀਰ ਨਹੀਂ ਲੜਦੇ ਹੁੰਦੇ, ਹੌਸਲੇ ਲੜਦੇ ਨੇ। ਇਹਦਾ ਹੌਸਲਾ ਵੀ ਬੁਲੰਦ ਹੈ ਤੇ ਕੱਦ ਕਾਠ ਵੀ ਜੰਗੀ ਹੈ। ਇਹ ਸ਼ਸਤਰਧਾਰੀ ਹੈ ਤੇ ਸ਼ਸਤਰਾਂ ਦਾ ਅਭਿਆਸ ਵੀ ਰੋਜ਼ ਨਾਲ ਸਾਡੇ ਕਰਦਾ ਹੈ। ਗੁਰੂ ਸਾਹਿਬ ਕਈ ਕਈ ਘੰਟੇ ਰੋਜ਼ ਤੀਰ ਅੰਦਾਜ਼ੀ, ਨੇਜਾਬਾਜ਼ੀ, ਘੋੜ ਸਵਾਰੀ ਕਰਿਆ ਕਰਦੇ ਸਨ, ਸ਼ਿਕਾਰ ਖੇਡਣ ਜਾਇਆ ਕਰਦੇ ਸਨ, ਜੰਗੀ ਕਰਤੱਵ ਕਰਿਆ ਕਰਦੇ ਸਨ ਤੇ ਦੀਵਾਨ ਆਨੰਦ ਚੰਦ ਸਤਿਗੁਰਾਂ ਦੇ ਨਾਲ ਸਾਰਾ ਸਾਰਾ ਦਿਨ ਰਹਿ ਕੇ ਉਹੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਿਆ ਕਰਦਾ ਸੀ। ਮਹਾਰਾਜ ਕਹਿੰਦੇ ਮਾਮਾ ਜੀ, ਇਹ ਬੜਾ ਸੂਰਮਾ ਜਵਾਨ ਨਿਕਲੇਗਾ, ਇਹ ਗੁਰੂ ਘਰ ਦਾ ਕਾਰ ਮੁਖਤਿਆਰ ਹੈ। ਬਾਕੀ ਮਸੰਦ ਵੀ ਹਨ ਗੁਰੂ ਘਰ ਦੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛੱਕ ਕੇ ਤੇ ਚੁੱਪ ਕਰਕੇ ਆਪਣੇ ਘਰਾਂ 'ਚ ਵੜ ਜਾਂਦੇ ਨੇ, ਡਰਦੇ ਨੇ। ਕੋਈ ਸ਼ਸਤਰਧਾਰੀ ਨਹੀਂ ਹੈ ਬਾਕੀ ਮਸੰਦ, ਸਗੋਂ ਸਾਨੂੰ ਸ਼ਸਤਰਾਂ ਨੂੰ ਰੱਖਣ ਤੋਂ ਰੋਕਦੇ ਨੇ। ਮਾਤਾ ਜੀ ਦੇ ਵੀ ਜਾ ਕੇ ਕੰਨ ਭਰਦੇ ਨੇ ਵੀ ਗੁਰੂ ਸਾਹਿਬ ਨੂੰ ਆਖੋ ਸ਼ਸਤਰ ਨਾ ਰੱਖਣ, ਪਰ ਇਹ ਮਸੰਦ ਐਸਾ ਮਸੰਦ ਹੈ ਜਿਹੜਾ ਸਾਡੀ ਵਿਚਾਰਧਾਰਾ ਦੇ ਨਾਲ ਰਲਦਾ ਹੈ, ਸਾਡੀ ਸੋਚ ਨਾਲ ਆਪਣੀ ਸੋਚ ਲੜਾਈ ਬੈਠਾ ਹੈ। ਸ਼ਸਤਰਧਾਰੀ ਯੋਧਾ ਹੈ। ਦੀਵਾਨ ਆਨੰਦ ਚੰਦ ਦੇ ਵੱਡੇ ਦਾਦਾ ਉਮਰ ਸ਼ਾਹ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਮੁਖੀ ਮਸੰਦ ਹੋਏ ਹਨ। ਉਮਰ ਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ ਸੀ ਤੇ ਇੱਥੋਂ ਤੱਕ ਪ੍ਰਸ਼ਾਦਾ ਵੀ ਗੁਰੂ ਕੇ ਲੰਗਰ ਦਾ ਨਹੀਂ ਸੀ ਛਕਦੇ। ਕਹਿੰਦੇ ਸੀ ਗੁਰੂ ਘਰ ਦਾ ਧਾਨ ਨਹੀਂ ਖਾਣਾ, ਆਪਣੇ ਘਰੋਂ ਲਿਆ ਕੇ ਖਰਚਾ ਕਰਕੇ ਤੇ ਆਪਣਾ ਸਰੀਰ ਦਾ ਗੁਜ਼ਾਰਾ ਕਰਦੇ ਸਨ। ਗੁਰੂ ਘਰ ਦੀ ਮਾਇਆ, ਸੰਗਤ ਦੀ ਪਾਈ ਪਾਈ ਜਿਹੜੀ ਆਉਂਦੀ ਸੀ, ਰੁਪਈਆ, ਦਮੜੀ, ਤੇਲੀ, ਉਹ ਸਭ ਗੁਰੂ ਦੀ ਗੋਲਕ 'ਚ ਪਾਉਂਦੇ ਸਨ। ਗੁਰੂ ਘਰ ਦੀ ਮਾਇਆ ਵਿੱਚ, ਗੁਰੂ ਘਰ ਦੀ ਅਮਾਨਤ ਵਿੱਚ ਭਾਈ ਉਮਰ ਸ਼ਾਹ ਨੇ ਕਦੀ ਖਿਆਨਤ ਨਹੀਂ ਕੀਤੀ। ਜਿਵੇਂ ਕਿ ਆਮ ਮਸੰਦਾਂ ਦਾ ਹਾਲ ਬਣ ਗਿਆ ਸੀ, ਅੱਧੀ ਮਾਇਆ ਆਪ ਖਾ ਜਾਣੀ, ਥੋੜ੍ਹੀ ਵਾਲੀ ਗੁਰੂ ਘਰ ਚੜਾਵਾ ਚੜਾ ਦੇਣਾ, ਪਰ ਉਮਰ ਸ਼ਾਹ ਨੇ ਸਾਰੀ ਉਮਰ ਇਮਾਨਦਾਰੀ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੇਵਾ ਕੀਤੀ ਸੀ। ਜਿਹਦਾ ਨਾਮ ਉਮਰ ਸ਼ਾਹ ਕਹਿੰਦੇ ਨੇ ਇਤਿਹਾਸ ਵਿੱਚ, ਬਹੁਤ ਚੰਗਾ ਨੇਕ ਮਸੰਦ ਹੋਇਆ ਹੈ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਕੋਲ ਰੱਖਿਆ, ਉਹਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰਿਹਾ। ਇਹ ਉਸੇ ਦਾ ਪੋਤਰਾ ਹੈ, ਅਸੀਂ ਇਹਨੂੰ ਆਪਣੇ ਕੋਲ ਰੱਖਦੇ ਹਾਂ
ਤੇ ਗੁਰੂ ਦਾ ਹੁਕਮ ਮੰਨ ਕੇ ਹਮੇਸ਼ਾ ਤਿਆਰ ਪਰ ਤਿਆਰ ਰਹਿੰਦਾ ਹੈ। ਗਾਤਰੇ ਢਾਲ ਤਲਵਾਰ ਬਰਛਾ ਨੇਜਾ ਬੰਦੂਕ ਸ਼ਸਤਰ ਵਸਤਰ ਸਜਾ ਕੇ ਇਹ ਗੁਰੂ ਕੀ ਫੌਜ ਦਾ ਇੱਕ ਯੋਧਾ ਹੀ ਲੱਗਦਾ ਹੈ, ਮਸੰਦ ਨਹੀਂ ਲੱਗਦਾ। ਹੈ ਤਾਂ ਮਸੰਦ ਪਰ ਮਸੰਦਾਂ ਵਾਲੇ ਚਾਲੇ ਨਹੀਂ ਇਹਦੇ, ਇਹਦੇ ਸੂਰਮਿਆਂ ਵਾਲੇ ਚਾਲੇ ਹਨ। ਇਹ ਉਸੇ ਦਾ ਪੋਤਰਾ ਹੈ ਨੰਦ ਚੰਦ, ਜੋ ਭਾਈ ਉਮਰ ਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਬ੍ਰਹਮ ਗਿਆਨੀ ਕਰਨੀ ਵਾਲਾ ਸਿੱਖ ਹੋਇਆ ਹੈ। ਇਹਨੂੰ ਆਪਣੇ ਦਾਦੇ ਦੀ ਤਰ੍ਹਾਂ ਗੁਰੂ ਘਰ ਨਾਲ ਪ੍ਰੇਮ ਹੈ, ਗੁਰੂ ਘਰ ਨਾਲ ਸ਼ਰਧਾ ਹੈ। ਇਹਨੂੰ ਹੁਣ ਅਸੀਂ ਉੱਚਾ ਅਹੁਦਾ ਦੇ ਦਈਏ, ਇਹਨੂੰ ਗੁਰੂ ਘਰ ਦਾ ਦੀਵਾਨ ਬਣਾ ਦਈਏ। ਸੁਣ ਕੇ ਕਿਰਪਾਲ ਸਨਮਾਨ ਸਾਧ, ਸਤਿਗੁਰੂ ਕਲਗੀਧਰ ਜੀ ਦੇ ਬਚਨ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਬਚਨਾਂ ਦਾ ਸਨਮਾਨ ਕੀਤਾ। ਕਹਿਣ ਲੱਗਾ, ਸਤਿਗੁਰੂ ਜੀ, ਆਪ ਜੀ ਦੀ ਰਾਏ ਬਿਲਕੁਲ ਦਰੁਸਤ ਹੈ, ਤੁਸੀਂ ਠੀਕ ਕਹਿ ਰਹੇ ਹੋ। ਇਹ ਸਾਡਾ ਗੁਰੂ ਘਰ ਦਾ ਮੁਖੀ ਮਸੰਦ ਹੋਣਾ ਚਾਹੀਦਾ, ਦੀਵਾਨ ਹੋਣਾ ਚਾਹੀਦਾ, ਤਾਂ ਕਿ ਗੁਰੂ ਘਰ ਦੀਆਂ ਸਾਰੀ ਜ਼ਿੰਮੇਵਾਰੀਆਂ ਇਹ ਸੰਭਾਲ ਲਵੇ। ਆਪ ਸੱਚੇ ਪਾਤਸ਼ਾਹ ਘੱਟ ਘੱਟ ਦੇ ਜਾਣ ਹਾਰੇ ਹੋ, ਅੰਤਰਜਾਮੀ ਹੋ, ਸਰਬ ਕਲਾ ਸਮਰੱਥ ਹੋ। ਆਪ ਜੀ ਤੋਂ ਵੱਧ ਕੇ ਕੌਣ ਜਾਣਦਾ ਹੈ? ਆਪ ਜੀ ਨੂੰ ਸਭ ਗਿਆਤ ਹੈ, ਆਪ ਤਾਂ ਦਿਲਾਂ ਦੀ ਜਾਣਨ ਵਾਲੇ ਹੋ। ਦੀਵਾਨ ਨੰਦ ਚੰਦ ਨੂੰ ਆਪ ਜੀ ਉੱਚਾ ਅਹੁਦਾ ਦੇਣਾ ਚਾਹੁੰਦੇ ਹੋ, ਤਾਂ ਇਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ। ਸਾਡੀ ਫੌਜ ਵਿੱਚ ਗੁਰੂ ਘਰ ਦੇ ਘੋੜੇ ਹਨ, ਸ਼ਸਤਰ ਹਨ, ਫੌਜਾਂ ਹਨ, ਉਹਨਾਂ ਦਾ ਸਾਰਾ ਪ੍ਰਬੰਧ ਕਰਨ ਵਾਸਤੇ ਇੱਕ ਦੀਵਾਨ ਹੋਣਾ ਚਾਹੀਦਾ ਹੈ। ਕਿਉਂਕਿ ਗੁਰੂ ਘਰ ਦੇ ਸਾਜੋ ਸਮਾਨ ਖਰੀਦਣੇ, ਗੁਰੂ ਜਿਵੇਂ ਅੱਜ ਕੱਲ੍ਹ ਆਪਾਂ ਮੈਨੇਜਰ ਕਹਿ ਦਿੰਦੇ, ਮੈਨੇਜਮੈਂਟ ਕਰਨ ਵਾਸਤੇ ਉਦੋਂ ਦੀਵਾਨ ਕਹਿੰਦੇ ਸਨ। ਦੀਵਾਨ ਦਾ ਮਤਲਬ ਹੁੰਦਾ ਸੀ ਸਾਰੀ ਜ਼ਿੰਮੇਵਾਰੀ ਦੇਖਣੀ, ਲੰਗਰ ਦਾ ਬੰਦੋਬਸਤ ਦੇਖਣਾ, ਦਾਲਾਂ ਸਬਜ਼ੀਆਂ ਆਟੇ ਵਗੈਰਾ ਜਿਹੜਾ ਸਮਾਨ ਗੁਰੂ ਘਰ ਦਾ ਖਰੀਦਣਾ ਹੈ, ਸੰਗਤਾਂ ਨੂੰ ਸਰੋਪੇ ਦੇਣੇ ਹਨ, ਜਿੰਨੀ ਮਾਇਆ ਆਈ ਹੈ ਉਹਨੂੰ ਸਾਂਭ ਕੇ ਰੱਖਣਾ ਹੈ, ਉਸ ਮਾਇਆ ਨੂੰ ਖਰਚ ਕਰਨਾ ਹੈ, ਅਤੇ ਗੁਰੂ ਘਰ ਦੇ ਘੋੜੇ, ਗੁਰੂ ਘਰ ਦੇ ਘੋੜਿਆਂ ਦੀਆਂ ਕਾਠੀਆਂ, ਉਹਨਾਂ ਦਾ ਸਾਜੋ ਸਮਾਨ, ਨੌਜਵਾਨ ਗੱਭਰੂ ਜਿਹੜੇ ਫੌਜ ਵਿੱਚ ਭਰਤੀ ਫੌਜੀ ਹਨ, ਉਹਨਾਂ ਦੀਆਂ ਵਰਦੀਆਂ, ਉਹਨਾਂ ਦੀ ਤਨਖਾਹਾਂ, ਉਹਨਾਂ ਦਾ ਲੈਣ ਦੇਣ, ਇਹ ਵੀ ਕੋਈ ਇੱਕ ਜ਼ਿੰਮੇਵਾਰ ਬੰਦੇ ਕੋਲ ਹੋਣਾ ਚਾਹੀਦਾ। ਇਹ ਸਾਰਾ ਕੰਮ ਦੀਵਾਨ ਕਰਦਾ ਹੈ, ਅਤੇ ਦੀਵਾਨ ਨੰਦ ਚੰਦ ਨੂੰ ਆਪਾਂ ਦੀਵਾਨ ਬਣਾ ਲਈਏ। ਕਿਉਂ? ਸਾਵਧਾਨ ਜ਼ਿੰਮੇਵਾਰੀ ਵਾਲਾ ਬੰਦਾ ਚਾਹੀਦਾ, ਕਿਉਂਕਿ ਇਹ ਬੜੀ ਸੋਝੀ ਵਾਲਾ ਕੰਮ ਹੈ। ਗੁਰੂ ਘਰ ਦੀ ਜ਼ਿੰਮੇਵਾਰੀ ਬਹੁਤ ਵੱਡਾ ਪ੍ਰਬੰਧ ਹੈ, ਬੜਾ ਵੱਡਾ ਸਿਸਟਮ ਹੈ, ਲੱਖਾਂ ਰੁਪਇਆਂ ਦੀ ਆਮਦਨ ਆਉਣੀ ਹੈ, ਲੱਖਾਂ ਦਾ ਖਰਚਾ ਹੋਣਾ ਹੈ, ਅਤੇ ਇੱਕ ਬੰਦੇ ਦੇ ਹੱਥ ਹੋਣੀ ਚਾਹੀਦੀ ਹੈ ਸਾਰੀ ਜ਼ਿੰਮੇਵਾਰੀ। ਬੰਦਾ ਉਹ ਚਾਹੀਦਾ ਹੈ ਜਿਹੜਾ ਸਾਰਿਆਂ ਦਾ ਖਿਆਲ ਰੱਖੇ, ਹਰ ਚੀਜ਼ ਦਾ ਖਿਆਲ ਰੱਖੇ। ਆਈ ਹੋਈ ਸੰਗਤ ਨੂੰ, ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਉਹਨਾਂ ਨੂੰ ਮੰਜੇ ਬਿਸਤਰੇ ਚਾਹੀਦੇ ਨੇ, ਉਹਨਾਂ ਨੂੰ ਰਿਹਾਇਸ਼ ਦਾ ਬੰਦੋਬਸਤ ਚਾਹੀਦਾ ਹੈ, ਲੰਗਰ ਦਾ ਸਿਸਟਮ ਚਾਹੀਦਾ ਹੈ। ਗੁਰੂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਜਿਹੜਾ ਸੰਭਾਲ ਸਕਦਾ ਹੋਵੇ, ਉਹੀ ਬੰਦਾ ਜ਼ਿੰਮੇਵਾਰ ਲਾਉਣਾ ਚਾਹੀਦਾ ਹੈ। ਕੋਈ ਬੰਦਾ ਕਿਤੇ ਭੇਜਣਾ ਹੁੰਦਾ ਹੈ, ਕੋਈ ਵੱਡੇ ਲੋਕਾਂ ਕੋਲ, ਰਾਜਿਆਂ ਮਹਾਰਾਜਿਆਂ ਕੋਲ, ਜਾਂ ਕੋਈ ਸੂਬਿਆਂ ਕੋਲ, ਸਰਕਾਰੀ ਦਰਬਾਰੇ ਵੀ ਕੰਮ ਪੈ ਜਾਂਦੇ ਨੇ, ਉਹ ਸਰਕਾਰੀ ਕੰਮ ਵਾਸਤੇ ਵੀ ਗੁਰੂ ਸਾਹਿਬ ਨੇ ਆਪ ਥੋੜ੍ਹਾ ਜਾਣਾ। ਹੁਣ ਮੰਨ ਲਓ ਕਿਸੇ ਰਾਜੇ ਦੇ ਕੋਲ ਜਾਣਾ, ਕੋਈ ਸਰਕਾਰੀ ਕੰਮ ਪੈ ਜਾਂਦਾ, ਅਤੇ ਉਹਦੇ ਵਿੱਚ ਕੋਈ ਜ਼ਿੰਮੇਵਾਰ ਹੀ ਬੰਦਾ ਭੇਜਣਾ ਚਾਹੀਦਾ। ਉਹ ਸਾਰੇ ਕੰਮ ਕਰਨ 'ਚ ਦੀਵਾਨ ਨੰਦ ਚੰਦ ਅੱਵਲ ਦਰਜੇ ਦਾ
ਸਿਆਣਾ ਬੰਦਾ ਹੈ। ਇਸ ਤਰ੍ਹਾਂ ਦੀਆਂ ਗੁਰੂ ਘਰ ਦੀਆਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਹਨ, ਇਹ ਕਿਸੇ ਵੱਡੇ ਸਿਆਣੇ ਬੰਦੇ ਤੋਂ ਬਿਨਾਂ ਹੋਣੀਆਂ ਨਹੀਂ। ਬੰਦਾ ਉਹੀ ਚਾਹੀਦਾ ਹੈ ਜ਼ਿੰਮੇਵਾਰ, ਜਿਹੜਾ ਸਾਰੇ ਕੰਮ ਨੂੰ ਬੜੇ ਧਿਆਨ ਨਾਲ ਤਰੀਕੇ ਨਾਲ ਕਰ ਸਕੇ। ਇਹ ਸੁਣ ਕੇ ਮਾਮਾ ਕਿਰਪਾਲ ਚੰਦ ਦੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਜ਼ਾਨੇ ਚੋਂ ਸਰੋਪਾ ਮੰਗਵਾਇਆ ਹੈ ਔਰ ਦੀਵਾਨ ਲਾਇਆ ਹੈ। ਦੀਵਾਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੱਖਾਂ ਨੂੰ, ਸਾਰੀ ਫੌਜ ਨੂੰ ਸੱਦਿਆ ਹੈ, ਸਾਰੇ ਮਸੰਦਾਂ ਨੂੰ ਵੀ ਸੱਦਿਆ ਹੈ, ਸਾਰੇ ਪ੍ਰਬੰਧਕ ਜਿੰਨੇ ਗੁਰੂ ਘਰ ਦੇ ਜ਼ਿੰਮੇਵਾਰ ਸਾਰਿਆਂ ਨੂੰ ਬੁਲਾਇਆ ਹੈ। ਜਿਹੜੇ ਗੁਰੂ ਘਰ ਦੇ ਵੱਡੇ ਮਸੰਦ ਹਨ, ਵੱਖਰੀਆਂ ਵੱਖਰੀਆਂ ਡਿਊਟੀਆਂ ਕਰਦੇ ਹਨ, ਉਹਨਾਂ ਸਾਰਿਆਂ ਮਸੰਦਾਂ ਨੂੰ ਵੀ ਬੁਲਾਇਆ ਹੈ, ਅਤੇ ਸੂਰਮੇ ਯੋਧੇ ਜਿਹੜੇ ਗੁਰੂ ਦੀ ਫੌਜ ਵਿੱਚ ਹਨ ਉਹਨਾਂ ਨੂੰ ਵੀ ਬੁਲਾਇਆ ਹੈ, ਅਤੇ ਆਪਣੇ ਮਾਮਾ ਮਾਮਾ ਕਿਰਪਾਲ ਚੰਦ ਜੀ ਨੂੰ ਕੋਲ ਬਿਠਾ ਲਿਆ ਹੈ। ਸਾਰਿਆਂ ਦੇ ਵਿੱਚ ਦੀਵਾਨ ਆਨੰਦ ਚੰਦ ਨੂੰ ਖੁਸ਼ੀਆਂ ਦਿੱਤੀਆਂ ਹਨ। ਸਤਿਗੁਰੂ ਜੀ ਨੇ ਦੀਵਾਨ ਆਨੰਦ ਚੰਦ ਨੂੰ ਸਰੋਪਾ ਦਿੱਤਾ ਹੈ। ਅੱਜ ਕੱਲ੍ਹ ਤਾਂ ਸਰੋਪਾ ਆਪਾਂ ਇੱਕ ਹਜ਼ੂਰੀਏ ਨੂੰ ਕਹਿੰਦੇ ਹਾਂ। ਉਹਨਾਂ ਦਿਨਾਂ ਵਿੱਚ ਸਰੋਪਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਕੱਪੜੇ ਪਵਾਏ ਜਾਂਦੇ ਸਨ, ਸਿਰ 'ਤੇ ਦਸਤਾਰ ਬੰਨ੍ਹਦੇ ਸਨ, ਚੋਲਾ ਪਵਾਉਂਦੇ ਸਨ, ਕਮਰ ਕਸਾ ਲਵਾਉਂਦੇ ਸਨ, ਹਜ਼ੂਰੀਆ ਗਲ 'ਚ ਪਾਉਂਦੇ ਸਨ। ਸੱਚੇ ਪਾਤਸ਼ਾਹ ਨੇ ਦੀਵਾਨ ਆਨੰਦ ਚੰਦ ਦਾ ਇਸ ਤਰ੍ਹਾਂ ਸਨਮਾਨ ਕੀਤਾ ਹੈ। ਸਾਰਿਆਂ ਵਿੱਚ ਬਿਠਾ ਕੇ ਕਿਰਪਾ ਨਿਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਆਨੰਦ ਚੰਦ ਦਾ ਸਨਮਾਨ ਕੀਤਾ ਹੈ। ਗੁਰੂ ਸਾਹਿਬ ਨੇ ਆਖਿਆ, ਆਓ ਦੀਵਾਨ ਜੀ ਉੱਠੋ, ਤੁਹਾਨੂੰ ਦੀਵਾਨਗੀ ਦੇ ਰਹੇ ਹਾਂ, ਗੁਰੂ ਘਰ ਦੀ ਜ਼ਿੰਮੇਵਾਰੀ ਦੇ ਰਹੇ ਹਾਂ, ਅਤੇ ਸਤਿਗੁਰਾਂ ਦਾ ਬਚਨ ਮੰਨ ਕੇ ਆਨੰਦ ਚੰਦ ਉੱਠਿਆ ਹੈ। ਅਤੇ ਦੀਵਾਨ ਆਨੰਦ ਚੰਦ ਨੇ ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਪੰਜ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਇਹ ਵੀ ਮਰਿਆਦਾ ਸੀ ਵੀ ਜਿਹਨੂੰ ਅਹੁਦਾ ਮਿਲਣਾ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਕੁਝ ਭੇਟਾ ਰੱਖੇ। ਦਿਨਾਰ, ਸੋਨੇ ਦੇ ਦਿਨਾਰ ਹੁੰਦੇ ਸਨ, ਉਹਨੇ ਮਹਾਰਾਜ ਦੇ ਚਰਨਾਂ ਵਿੱਚ ਮੋਹਰ ਰੱਖ ਕੇ ਮੱਥਾ ਟੇਕਿਆ ਹੈ। ਗੁਰੂ ਘਰ ਦੀ ਫੌਜ ਹੈ, ਘੋੜੇ ਹਨ, ਸਿਪਾਹੀ ਹਨ, ਉਹਨਾਂ ਦੀ ਜਿੰਨੇ ਜ਼ਿੰਮੇਵਾਰੀ ਲੈਣ ਦੇਣ ਦੀ ਹੈ, ਉਹਨਾਂ ਦੀਆਂ ਵਰਦੀਆਂ, ਉਹਨਾਂ ਦੇ ਘੋੜੇ, ਉਹਨਾਂ ਦੀਆਂ ਕਾਠੀਆਂ, ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੀ ਖੁਰਾਕ ਦਾ ਬੰਦੋਬਸਤ ਜੋ ਵੀ ਹੈ, ਇਹ ਫੌਜ ਦੀ ਸਾਰੀ ਸੰਭਾਲ, ਸਾਰੀ ਜ਼ਿੰਮੇਵਾਰੀ, ਉਹਨਾਂ ਦਾ ਆਮਦਨ ਖਰਚਾ ਦੀਵਾਨ ਆਨੰਦ ਚੰਦ ਜੀ ਨੂੰ ਸੌਂਪ ਦਿੱਤਾ ਹੈ ਕਲਗੀਧਰ ਜੀ ਮਹਾਰਾਜ ਨੇ। ਗੁਰੂ ਘਰ ਦੇ ਬਹੁਤ ਘੋੜੇ ਹਨ, ਸੈਂਕੜੇ ਘੋੜੇ ਹਨ, ਤੇ ਸੈਂਕੜੇ ਹੀ ਜਵਾਨ ਹਨ ਗੁਰੂ ਦੀ ਫੌਜ ਵਿੱਚ। ਸਾਰਿਆਂ ਘੋੜਿਆਂ ਦਾ ਘਾਹ ਪੱਠਾ ਵੇਖਣਾ, ਘੋੜਿਆਂ ਦੀ ਖੁਰਾਕ ਵੇਖਣੀ ਹੈ, ਘੋੜੇ ਕਮਜ਼ੋਰ ਨਾ ਹੋ ਜਾਣ, ਕਿਉਂਕਿ ਜਿਹੜੇ ਜੰਗੀ ਘੋੜੇ ਹੁੰਦੇ ਨੇ ਉਹਨਾਂ ਦੀ ਖੁਰਾਕ ਵੀ ਬਹੁਤ ਚੰਗੀ ਹੁੰਦੀ, ਉਹ ਖੁਰਾਕ ਦਾ ਖਿਆਲ ਰੱਖਣਾ ਪੈਂਦਾ, ਘੋੜਿਆਂ ਨੂੰ ਮਸਾਲਾ ਦੇਣਾ, ਘੋੜਿਆਂ ਨੂੰ ਨਿਹਾਰੀ ਦੇਣੀ, ਘੋੜਿਆਂ ਦਾ ਧਿਆਨ ਰੱਖਣਾ, ਇਹ ਸਾਰੀ ਜ਼ਿੰਮੇਵਾਰੀ ਦੀਵਾਨ ਆਨੰਦ ਚੰਦ ਜੀ ਅੱਜ ਤੋਂ ਬਾਅਦ ਤੁਸੀਂ ਨਿਭਾਓਗੇ, ਤੁਸੀਂ ਦੇਖ ਰਹੇ ਕਰੋਗੇ ਗੁਰੂ ਦੇ ਦਲ ਦੀ। ਗੁਰੂ ਕੀ ਫੌਜ ਨੂੰ ਕਿੰਨਾ ਆਟਾ ਚਾਹੀਦਾ ਹੈ, ਕਿੰਨੀ ਖੰਡ ਚਾਹੀਦੀ ਹੈ, ਕਿੰਨਾ ਉਹਨਾਂ ਨੂੰ ਖਾਣ ਪੀਣ ਨੂੰ ਸਮਾਨ ਚਾਹੀਦਾ ਹੈ, ਕਿੰਨੇ ਬਦਾਮ ਚਾਹੀਦੇ ਨੇ, ਉਹ ਸਾਰੀਆਂ ਚੀਜ਼ਾਂ ਦਾ ਖਿਆਲ ਹੁਣ ਤੁਸੀਂ ਰੱਖਣਾ ਹੈ। ਗੁਰੂ ਘਰ ਦੇ ਘੋੜਿਆਂ ਦੀ ਜਿੰਨੀ ਵੀ ਤਬੇਲਾ ਹੈ ਗੁਰੂ ਘਰ ਦਾ,
ਉਹਦੇ ਵਿੱਚ ਘੋੜਿਆਂ ਦੀ ਖੁਰਾਕ ਦਾ ਵੀ ਪੂਰਾ ਖਿਆਲ ਰੱਖਣਾ, ਘੋੜਿਆਂ ਨੂੰ ਦਾਣਾ ਦੇਣਾ ਹੈ, ਪੱਠੇ ਪਾਣੇ ਹਨ, ਘੋੜਿਆਂ ਦੀਆਂ ਕਾਠੀਆਂ ਲੈਣੀਆਂ ਹਨ, ਸਿਪਾਹੀਆਂ ਦੀਆਂ ਵਰਦੀਆਂ ਲੈਣੀਆਂ ਹਨ, ਇਹ ਸਾਰੇ ਕੰਮ ਤੁਸੀਂ ਕਰਵਾਉਣੇ ਨੇ। ਯਾਨੀ ਤੁਹਾਡੀ ਤੁਹਾਨੂੰ ਧਿਆਨ ਰੱਖਣਾ ਪੈਣਾ। ਸੇਵਾ ਤਾਂ ਜਿਹੜੇ ਜਿਹੜੇ ਘੋੜਿਆਂ ਦੇ ਸੇਵਾਦਾਰ ਲੱਗੇ ਹੁੰਦੇ ਉਹਨਾਂ ਨੇ ਕਰਨੀ ਹੁੰਦੀ ਹੈ, ਪਰ ਉਹਨਾਂ ਨੂੰ ਸਮਾਨ ਵੀ ਤਾਂ ਦੇਣਾ ਹੈ। ਜਦੋਂ ਉਹਨਾਂ ਨੇ ਮੰਗਣਾ ਵੀ ਇੰਨੇ ਕੁਇੰਟਲ ਦਾਣਾ ਚਾਹੀਦਾ, ਉਹ ਲੈ ਕੇ ਕੌਣ ਦੇਵੇਗਾ? ਦੀਵਾਨ। ਵਰਦੀਆਂ ਚਾਹੀਦੀਆਂ ਨੇ, ਲੈ ਕੇ ਕੌਣ ਦੇਵੇਗਾ? ਦੀਵਾਨ। ਸੋ ਸਾਰੀ ਜ਼ਿੰਮੇਵਾਰੀ ਦੀਵਾਨ ਜੀ ਅੱਜ ਤੋਂ ਬਾਅਦ ਸਾਡੀ ਫੌਜ ਦੀ ਇਹ ਤੁਹਾਡੀ ਹੋਵੇਗੀ। ਸੋ ਸਾਧ ਸੰਗਤ ਜੀ, ਇਹ ਗੱਲ ਸੰਨ 1680-81 ਦੀ ਹੈ, ਸਮਝੋ, ਜਦੋਂ ਗੁਰੂ ਸਾਹਿਬ ਜੀ ਨੇ ਦੀਵਾਨ ਆਨੰਦ ਚੰਦ ਜੀ ਨੂੰ ਆਪਣਾ ਦੀਵਾਨ ਬਣਾਇਆ ਹੈ ਆਨੰਦਪੁਰ ਸਾਹਿਬ ਦੇ ਵਿੱਚ। ਗੁਰੂ ਘਰ ਦਾ ਜਿਹੜਾ ਲੈਣ ਦੇਣ ਹੈ, ਖਰਚਾ ਆਮਦਨ ਹੈ ਗੁਰੂ ਘਰ ਦੀ, ਉਹ ਸਾਰੀ ਦੇਖਣੀ ਹੈ। ਇਹ ਹੁਣ ਦੀਵਾਨ ਆਨੰਦ ਚੰਦ ਗੁਰੂ ਘਰ ਦੇ ਸਾਰੇ ਕੰਮ ਸਾਂਭ ਬੈਠਾ, ਜ਼ਿੰਮੇਵਾਰੀ ਨਾਲ ਡਿਊਟੀ ਕਰਦਾ ਹੈ, ਗੁਰੂ ਘਰ ਦੀ ਆਮਦਨ ਵੀ ਸਾਂਭਦਾ ਹੈ ਤੇ ਗੁਰੂ ਘਰ ਦੇ ਖਰਚੇ ਵੀ ਦੇਖਦਾ ਹੈ। ਜਿੰਨੀ ਗੁਰੂ ਦੀ ਫੌਜ ਹੈ ਉਹਨਾਂ ਦੇ ਸਾਰਿਆਂ ਦੇ ਸਰੀਰ ਦੀ ਫਿਟਨੈਸ ਵੀ ਦੇਖਣੀ ਹੈ, ਕੋਈ ਬਿਮਾਰ ਤਾਂ ਨਹੀਂ, ਕੋਈ ਕਿਸੇ ਨੂੰ ਕਿਸੇ ਚੀਜ਼ ਦੀ ਖੁਰਾਕ ਦੀ ਕਮੀ ਤਾਂ ਨਹੀਂ, ਉਹ ਵੀ ਦੇਖਣੀ ਹੈ। ਕਿਉਂਕਿ ਜਿਹੜੇ ਫੌਜ ਵਿੱਚ ਜਵਾਨ ਹੁੰਦੇ ਨੇ ਉਹਨਾਂ ਦੀ ਖੁਰਾਕ ਵੀ ਉੱਦਾਂ ਦੀ ਹੁੰਦੀ ਹੈ, ਉਹਨਾਂ ਦੀ ਰੋਜ਼ ਕਸਰਤ ਵੀ ਕਰਾਉਣੀ ਹੈ ਅਤੇ ਖੁਰਾਕ ਵੀ ਦੇਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਜ਼ਿੰਮੇਵਾਰੀ ਦੀਵਾਨ ਆਨੰਦ ਚੰਦ ਜੀ ਨੂੰ ਦੇ ਦਿੱਤੀ ਹੈ, ਜੋ ਡਰੌਲੀ ਦੇ ਰਹਿਣ ਵਾਲੇ ਹਨ। ਆਪ ਦੀਵਾਨ ਆਨੰਦ ਚੰਦ ਨੂੰ ਮਹਾਰਾਜ ਕਹਿੰਦੇ ਜੋ ਵੀ ਕਿਸੇ ਨੂੰ ਚਾਹੀਦਾ ਨਾ ਖੁੱਲ੍ਹੇ ਹੱਥੀ ਦਵੀਂ। ਕਿ ਕਈ ਵਾਰੀ ਅਹੁਦੇਦਾਰ ਅਫਸਰ ਕੀ ਕਰਦੇ ਨੇ, ਉਹ ਆਪਣੀ ਮਰਜ਼ੀ ਕਰਨ ਲੱਗ ਜਾਂਦੇ ਨੇ ਅਤੇ ਸਿਪਾਹੀਆਂ ਨੂੰ ਫਿਰ ਤੰਗੀ ਹੁੰਦੀ ਹੈ। ਮਹਾਰਾਜ ਕਹਿੰਦੇ ਸਾਡੀ ਫੌਜ ਦਾ ਕੋਈ ਸਿਪਾਹੀ ਇਹ ਨਾ ਕਹੇ ਕਿ ਦੀਵਾਨ ਆਨੰਦ ਚੰਦ ਨੇ ਮੇਰੇ ਘੋੜਿਆਂ ਦਾ ਖਿਆਲ ਨਹੀਂ ਰੱਖਿਆ, ਮੇਰੀ ਸਿਹਤ ਦਾ ਖਿਆਲ ਨਹੀਂ ਰੱਖਿਆ, ਮੈਨੂੰ ਆਹ ਚੀਜ਼ ਚਾਹੀਦੀ ਸੀ ਮੈਨੂੰ ਲੈ ਕੇ ਨਹੀਂ ਦਿੱਤੀ। ਮਹਾਰਾਜ ਕਹਿੰਦੇ ਜੋ ਵੀ ਚਾਹੀਦਾ ਸਾਡੀ ਫੌਜ ਦੇ ਜਵਾਨਾਂ ਨੂੰ ਉਹ ਤੂੰ ਲੈ ਕੇ ਦੇਣਾ ਹੈ। ਕਿਉਂਕਿ ਸਾਡੀਆਂ ਫੌਜਾਂ ਦਿਨੋਂ ਦਿਨ ਵੱਧ ਰਹੀਆਂ ਹਨ, 100-100, 200-200 ਨੌਜਵਾਨ ਆਉਂਦੇ ਨੇ, ਕੋਈ ਮਾਝੇ 'ਚੋਂ, ਕੋਈ ਮਾਲਵੇ 'ਚੋਂ, ਕੋਈ ਦੁਆਬੇ 'ਚੋਂ, ਕੋਈ ਪੋਠੋਹਾਰ 'ਚੋਂ, ਕੋਈ ਧੰਨੀ ਕੇਪ 'ਚੋਂ, ਕੋਈ ਲੰਮੇ ਦੇਸ਼ 'ਚੋਂ, ਕੋਈ ਨੱਕੇ ਦੇਸ਼ 'ਚੋਂ, ਕੋਈ ਪੁਆਧ 'ਚੋਂ, ਉਹ ਜਿੱਥੋਂ ਜਿੱਥੋਂ ਫੌਜਾਂ ਭਰਤੀ ਹੁੰਦੀਆਂ ਨੇ ਉਹਨਾਂ ਨੌਜਵਾਨਾਂ ਦਾ ਖਿਆਲ ਰੱਖਣਾ ਹੈ, ਉਹਨਾਂ ਦੀ ਭਰਤੀ। ਅੱਜ ਕੱਲ੍ਹ ਜਿਵੇਂ ਆਪਾਂ ਅੰਮ੍ਰਿਤ ਛਕਦੇ ਹਾਂ, ਪਹਿਲਾਂ ਇੱਦਾਂ ਨਹੀਂ ਸੀ ਹੁੰਦਾ, ਪਹਿਲਾਂ ਗੁਰੂ ਦੀ ਫੌਜ ਵਿੱਚ ਅੰਮ੍ਰਿਤ ਛਕਣ ਵਾਲੇ ਦਾ ਨਾਂ ਪੁੱਛਿਆ ਜਾਂਦਾ ਸੀ, ਪਿੰਡ ਪੁੱਛਿਆ ਜਾਂਦਾ ਸੀ, ਉਹਦਾ ਚਿਹਰਾ ਲਿਖਿਆ ਜਾਂਦਾ ਸੀ ਵੀ ਇਹਦੇ ਚਿਹਰੇ ਦੇ ਨੈਣ ਨਕਸ਼ੇ ਕਿੱਦਾਂ ਦੇ ਹਨ, ਉਹ ਰਜਿਸਟਰ ਲੱਗਦਾ ਸੀਗਾ। ਯਾਨੀ ਜਿਵੇਂ ਮਿਲਟਰੀ ਦੇ ਵਿੱਚ ਭਰਤੀ ਹੁੰਦੀ ਹੈ ਨਾ, ਇੱਦਾਂ ਭਰਤੀ ਹੁੰਦੀ ਸੀ। ਸੋ ਅਜੇ ਵੀ ਨਿਹੰਗਾ ਸਿੰਘਾਂ 'ਚ ਮਰਿਆਦਾ ਸੀ, ਬਾਕੀਆਂ ਨੇ ਸਾਰਿਆਂ ਨੇ ਹੌਲੇ ਹੌਲੇ ਮਰਿਆਦਾ ਢਿੱਲੀ ਕਰ ਦਿੱਤੀ। ਅਜੇ ਵੀ ਉਹ ਉਸੇ ਤਰ੍ਹਾਂ ਹੀ ਨਾਂ ਲਿਖਦੇ ਸੀ, ਪਿੰਡ ਦਾ ਨਾਂ ਲਿਖਦੇ ਸੀ, ਪਿਓ ਦਾ ਨਾਂ ਲਿਖਦੇ ਸੀ, ਵੀ ਤਾਂ ਕਿ ਜੇ ਫੌਜ 'ਚੋਂ ਭੱਜ ਜਾਵੇ ਤਾਂ ਉਹਨੂੰ ਫੜ ਕੇ ਤਾਂ ਲੈ ਆਈਏ, ਜਿਵੇਂ ਮਿਲਟਰੀ ਵਾਲੇ ਕੋਰਟ ਮਾਰਸ਼ਲ ਕਰਦੇ ਨਾ, ਇੱਦਾਂ ਸਿੰਘ ਵੀ ਕਰਿਆ ਕਰਦੇ ਸੀ। ਕਹਿੰਦੇ ਅਕਾਲੀ ਫੂਲਾ ਸਿੰਘ ਦੇ ਸਮੇਂ ਇੱਕ ਸਿੰਘ ਭੱਜ ਗਿਆ ਫੌਜ ਵਿੱਚੋਂ ਅਤੇ ਉਹਨੇ ਜਾ ਕੇ ਕੁਰਹਿਤਾਂ ਕਰਨੀਆਂ ਸ਼ੁਰੂ ਕਰਤੀਆਂ। ਅਕਾਲੀ ਜੀ ਨੂੰ ਕਿਸੇ ਨੇ ਆਖਿਆ ਉਹ ਫਲਾਣੇ ਸਿੰਘ ਦਾ ਕਾਫੀ ਪਹਿਲਾ ਢਿੱਲਾ ਹੋ ਗਿਆ। ਅਕਾਲੀ ਜੀ ਨੇ ਉਹਨੂੰ ਸੁਨੇਹਾ ਭੇਜਿਆ ਵੀ ਕਾਕਾ ਤਗੜਾ ਰਹਿ, ਤਿਆਰ ਬਰ ਤਿਆਰ ਹੋ ਰਹਿ ਅਤੇ ਬਿਹਤਰ ਢਿੱਲੀ ਕਰ, ਭਾਵੇਂ ਪਿੰਡ ਵੀ ਰਹਿੰਦਾ ਤਾਂ ਤੂੰ ਆਪਣੀ ਬਾਣੀ ਅਤੇ ਬਾਣੀ ਨਾਲ ਜੁੜਿਆ ਰਹੋ। ਉਹਨੇ ਬਾਬਾ ਜੀ ਨੇ ਇਹ ਕਿਹਾ ਸੀ ਵੀ ਤੇਰੇ ਅਸੀਂ ਤੈਨੂੰ ਅਸੀਂ ਤੇਰੇ ਕੇਸਾਂ 'ਚ ਅੰਮ੍ਰਿਤ ਪਾਇਆ, ਤੂੰ ਗੁਰੂ ਦੇ ਕੇਸ 'ਚ ਅੰਮ੍ਰਿਤ ਪਾਇਆ। ਉਹਨੇ ਕੀ ਕੀਤਾ, ਉਹਨੇ ਕੇਸ ਕੱਟ ਕੇ ਡੱਬੇ 'ਚ ਪਾ ਕੇ ਬਾਬਾ ਜੀ ਨੂੰ ਭੇਜ ਤੇ,
ਮੂਰਖ ਸੀ ਕੋਈ ਸਿਰੇ ਦਾ, ਉਹਨੇ ਆਖਿਆ ਮੇਰਾ ਕੀ ਵਿਗਾੜ ਲੈਣਗੇ। ਬਾਬਾ ਅਕਾਲੀ ਫੂਲਾ ਸਿੰਘ ਜੀ ਦਲ ਲੈ ਕੇ ਉਹਦੇ ਪਿੰਡ 'ਚ ਚਲੇ ਗਏ, ਜਾ ਕੇ ਉਹਨੂੰ ਬੁਲਾ ਲਿਆ, ਕਹਿਣ ਲੱਗੇ ਸਿੰਘਾ ਪੰਜ ਚੋਲੇ 'ਤੇ ਵਾਪਸ ਕਰ ਅਤੇ ਮੈਂ ਦਸ ਅਜੇ ਰਹਿੰਦੇ ਨੇ, ਪੰਜ ਤੇਰੇ ਅੰਦਰ ਨੇ, ਪੰਜ ਤੇਰੀਆਂ ਅੱਖਾਂ 'ਚ ਵੀ ਪਾਏ ਨੇ, ਉਹ ਜਿਹੜੇ ਦਸ ਚੋਲੇ ਨੇ ਉਹ ਅਸੀਂ ਵਾਪਸ ਲੈਣੇ ਨੇ, ਆਹ ਕੋਹਲੂ 'ਚ ਪੀੜਾਂਗੇ, ਤੇਰਾ ਜਿੰਨਾ ਖੂਨ ਨਿਕਲੇਗਾ ਬਾਟੇ 'ਚ ਪਾ ਕੇ ਪੀਵਾਂਗੇ ਅਸੀਂ ਆਪ, ਅਤੇ ਤਾਂ ਉਹ ਦਸ ਚੋਲੇ ਵਾਪਸ ਮੁੜਨਗੇ। ਉਹ ਉਸੇ ਵੇਲੇ ਡਰ ਕੇ ਪੈਰੀ ਪੈ ਗਿਆ, ਕਹਿਣ ਲੱਗਾ ਮੈਨੂੰ ਬਖਸ਼ੋ, ਮਾਫ਼ ਕਰੋ ਮੇਰੀ ਗਲਤੀ, ਅੰਮ੍ਰਿਤ ਛਕਾ ਕੇ ਦੁਬਾਰਾ ਸਿੰਘ ਸਜਾ ਲਓ। ਸੋ ਇੱਦਾਂ ਦਾ ਸਿਸਟਮ ਸੀ। ਦੀਵਾਨ ਆਨੰਦ ਚੰਦ ਨੂੰ ਗੁਰੂ ਸਾਹਿਬ ਦੀਵਾਨ ਕਿਉਂ ਬਣਾ ਰਹੇ ਨੇ, ਵੀ ਜਿੰਨੀ ਫੌਜ ਭਰਤੀ ਹੋਣੀ ਹੈ ਉਹਨਾਂ ਦੇ ਨਾਂ ਵੀ ਲਿਖਣੇ ਨੇ, ਉਹਨਾਂ ਦੇ ਚਿਹਰੇ ਲਿਖਣੇ ਨੇ, ਉਹਦੇ ਸ਼ਕਲ ਕਿਤੇ, ਅੱਜ ਕੱਲ੍ਹ ਤਾਂ ਫੋਟੋ ਲੱਗ ਜਾਂਦੀ ਹੈ ਨਾ, ਉਦੋਂ ਫੋਟੋ ਨਹੀਂ ਸੀ ਹੁੰਦੀ, ਕੈਮਰੇ ਨਹੀਂ ਸੀ ਹੁੰਦੇ, ਉਹਦਾ ਲਿਖਦੇ ਸੀ ਵੀ ਇੰਨੇ ਫੁੱਟ ਕੱਦ ਹੈ, ਇੰਨਾ ਭਾਰਾ ਹੈ, ਪਤਲਾ ਹੈ, ਇੱਦਾਂ ਦਾ ਉਹਦਾ ਰੰਗ ਹੈ, ਇੱਦਾਂ ਦੀਆਂ ਅੱਖਾਂ ਨੇ, ਇੱਦਾਂ ਦੀ ਨੱਕ ਹੈ, ਉਹਦੀ ਸਾਰੀ ਉਹਦੀ ਸ਼ਕਲ ਲਿਖ ਲੈਂਦੇ ਸਨ। ਸੋ ਇਹ ਸਾਰੀ ਡਿਊਟੀ ਦੀਵਾਨ ਆਨੰਦ ਚੰਦ ਜੀ ਤੁਸੀਂ ਕਰਨੀ ਹੈ। ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰਾਜਿਆਂ ਦੇ ਰਾਜੇ ਹਨ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਜਿਹੜੇ ਔਰੰਗਜ਼ੇਬ ਵਰਗੇ ਰਾਜੇ ਹਨ, ਜਿਹੜੇ ਸੂਬਾ ਸਰਹੰਦ ਵਰਗੇ ਰਾਜੇ ਹਨ, ਜਿਹੜੇ ਭੀਮ ਚੰਦ ਵਰਗੇ ਰਾਜੇ ਹਨ, ਇਹ ਸਭ ਗੁਰੂ ਘਰ ਤੋਂ ਮੰਗਦੇ ਰਹੇ ਹਨ। ਬਾਬਰ ਨੇ ਗੁਰੂ ਨਾਨਕ ਦੇਵ ਜੀ ਕੋਲੋਂ ਰਾਜ ਮੰਗਿਆ, ਹਮਾਯੂੰ ਨੇ ਗੁਰੂ ਅੰਗਦ ਦੇਵ ਜੀ ਕੋਲੋਂ ਰਾਜ ਮੰਗਿਆ, ਅਕਬਰ ਨੇ ਸ੍ਰੀ ਗੁਰੂ ਅਮਰਦਾਸ ਕੋਲੋਂ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਕਰਨ ਦੀ ਮੰਗ ਕੀਤੀ। ਇਹ ਰਾਜੇ ਮਹਾਰਾਜੇ ਤਾਂ ਗੁਰੂ ਘਰ ਦੇ ਮੰਗਤੇ ਹਨ, ਗੁਰੂ ਘਰ ਰਾਜਿਆਂ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋ ਗੁਰੂ ਘਰ ਸਭ ਤੋਂ ਸਰੋਬਣੀ ਹੈ ਭਾਈ, ਸਭ ਜਗਤ ਇੱਥੋਂ ਮੰਗਦਾ ਹੈ, ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਇਹ ਗੁਰੂ ਘਰ ਵੱਡਾ ਹੈ। ਗੁਰੂ ਘਰ ਦੇ ਬਰਾਬਰ ਹੋਰ ਕੋਈ ਨਹੀਂ ਹੈ, ਗੁਰੂ ਦੇ ਬਰਾਬਰ ਕੋਈ ਰਾਜਾ ਮਹਾਰਾਜਾ ਨਹੀਂ ਹੈ, ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਜੀ ਦਾ ਘਰ ਹੈ। ਚੌਵਾਂ ਦਿਸ਼ਾ ਤੋਂ ਉੱਤਰ ਦੱਖਣ ਪੂਰਬ ਪੱਛਮ ਤੋਂ ਲੋਕ ਗੁਰੂ ਘਰ ਆਉਂਦੇ ਹਨ ਤੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ। ਜੋ ਵੀ ਕੋਈ ਮੰਗਦਾ ਜੋ ਮੰਗ ਹੈ ਠਾਕੁਰ ਆਪਣੇ ਦੇ, ਸੋਈ ਸੋਈ ਦੇਵ ਹੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਸਾਰੀਆਂ ਸੰਗਤਾਂ ਬੜੇ ਆਨੰਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹਨ। ਕੋਈ ਬੰਗਲਾਦੇਸ਼ ਤੋਂ, ਕੋਈ ਬਿਹਾਰ ਤੋਂ, ਕੋਈ ਯੂਪੀ ਤੋਂ, ਤੇ ਕੋਈ ਸਾਧ ਸੰਗਤ ਜੀ ਦੱਖਣ ਦੇਸ਼ ਚੋਂ ਚੱਲ ਕੇ ਆਉਂਦਾ ਹੈ, ਕੋਈ ਕਾਬਲ ਕੰਧਾਰ ਤੋਂ ਆਉਂਦਾ ਹੈ, ਕੋਈ ਕਸ਼ਮੀਰ ਤੋਂ ਆਉਂਦਾ ਹੈ। ਗੁਰੂ ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਉਂਦੀਆਂ ਹਨ ਤੇ ਜੋ ਕੋਈ ਮੰਗਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਆਪਣੇ ਸਰੀਰ ਦੀ ਤੰਦਰੁਸਤੀ ਮੰਗਦਾ, ਕੋਈ ਕਹਿੰਦਾ ਮਹਾਰਾਜ ਮੇਰਾ ਲੋਕ ਸਵਾਰ ਦਿਓ, ਕੋਈ ਕਹਿੰਦਾ ਮੇਰਾ ਪਰਲੋਕ ਸਵਾਰ ਦਿਓ, ਤੇ ਜਿੱਦਾਂ ਜਿੱਦਾਂ ਦੀ ਕਿਸੇ ਦੀ ਮੰਗ ਹੁੰਦੀ ਹੈ ਗੁਰੂ ਘਰ ਸਾਰਿਆਂ ਦੀਆਂ ਮੰਗਾਂ ਪੂਰੀਆਂ ਕਰਦਾ। ਇੱਥੇ ਸਾਧ ਸੰਗਤ ਜੀ ਖਜ਼ਾਨੇ ਖੁੱਲ੍ਹੇ ਨੇ, ਜੋ ਮੰਗ ਹੈ ਜੇ ਸਾਰਾ ਕੁਛ ਆ ਗਿਆ ਨਾ। ਜੇ ਕੋਈ ਭੁਗਤੀ ਮੰਗੇ ਉਹਨੂੰ ਭੁਗਤੀ ਮਿਲਦੀ ਹੈ, ਉਹ ਮੁਕਤੀ ਮੰਗੇ ਤਾਂ ਉਹਨੂੰ ਮੁਕਤੀ ਮਿਲਦੀ ਹੈ। ਭੁਗਤੀ ਦਾ ਮਤਲਬ ਹੁੰਦਾ ਸੰਸਾਰ ਦੇ ਸੁੱਖ, ਦੁੱਧ ਪੁੱਤ ਚਾਹੀਦਾ,
ਰੋਟੀ ਚਾਹੀਦੀ, ਕੱਪੜਾ ਚਾਹੀਦਾ, ਮਕਾਨ ਚਾਹੀਦਾ, ਮਹਾਰਾਜ ਉਹ ਵੀ ਦਿੰਦੇ ਨੇ। ਅਤੇ ਜੇ ਕੋਈ ਬ੍ਰਹਮ ਗਿਆਨ ਮੰਗੇ ਤੇ ਮਹਾਰਾਜ ਉਹਨੂੰ ਬ੍ਰਹਮ ਗਿਆਨ ਵੀ ਦਿੰਦੇ ਨੇ। ਹਾਂਜੀ, ਇਸ ਤਰ੍ਹਾਂ ਲੋਕ ਆ ਕੇ ਮੰਗਦੇ ਨੇ, ਸਭ ਜਾਤਾਂ ਦੇ, ਸਭ ਧਰਮਾਂ ਦੇ, ਹਿੰਦੂ ਵੀ ਆਉਂਦੇ ਨੇ ਗੁਰੂ ਘਰ 'ਚ ਮੰਗਣ ਲਈ, ਮੁਸਲਮਾਨ ਵੀ ਆਉਂਦੇ ਨੇ। ਇਹ ਦਾਤਾ ਸਭ ਦਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਹੁਤ ਦੁਨੀਆ ਆਉਂਦੀ ਹੈ ਤੇ ਆ ਕੇ ਗੁਰੂ ਘਰ 'ਚ ਤੰਬੂ ਲਾ ਲੈਂਦੇ ਨੇ, ਡੇਰੇ ਲਾ ਲੈਂਦੇ ਨੇ। ਕੋਈ ਹਫ਼ਤਾ ਰਹਿੰਦਾ ਹੈ, ਕੋਈ 10 ਦਿਨ ਰਹਿੰਦਾ, ਕੋਈ ਮਹੀਨਾ ਰਹਿੰਦਾ, ਕੋਈ 6 ਮਹੀਨੇ ਰਹਿੰਦਾ, ਕੋਈ ਕਹਿੰਦਾ ਮੈਂ ਤਾਂ ਸਾਰੀ ਉਮਰ ਬਾਬੇ ਕੋਲ ਹੀ ਰਹਿਣਾ, ਘਰ ਜਾਣਾ ਹੀ ਕੋਈ ਨਹੀਂ। ਅਤੇ ਜਿੱਦਾਂ ਜਿੱਦਾਂ ਦੀ ਭਾਵਨਾ ਹੁੰਦੀ ਹੈ, ਉਹ ਇੱਥੇ ਆ ਕੇ ਆਪਣੀ ਭਾਵਨਾ ਪੂਰੀ ਕਰਦੇ ਨੇ। ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ, ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਨਾਮ ਜਪਦੇ ਨੇ, ਗੁਰੂ ਦੇ ਲੰਗਰ ਦੇ ਭਾਂਡੇ ਮਾਂਜ ਕੇ, ਗੁਰੂ ਦੇ ਘੋੜਿਆਂ ਦੀ ਲਿੱਦ ਚੁੱਕ ਕੇ, ਗੁਰੂ ਘਰ 'ਚ ਝਾੜੂ ਫੇਰ ਕੇ, ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੇ ਨੇ। ਤੇ ਮੇਵੜਾ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ, ਮਹਾਰਾਜ ਸੰਗਤਾਂ ਆਈਆਂ ਨੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ, ਦੂਰੋਂ ਦੂਰੋਂ ਚੱਲ ਕੇ ਆਈਆਂ ਨੇ। ਫਿਰ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਦਾਸਾਂ ਦੀ ਲੋਕ ਵਿੱਚ ਵੀ ਸਹਾਇਤਾ ਕਰਨ ਵਾਲੇ ਹੋ, ਪਰ ਲੋਕ ਵਿੱਚ ਵੀ ਸਹਾਇਤਾ ਕਰਨ ਵਾਲੇ ਹੋ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੌਲ ਜੀ ਨਾਲ ਸਮਾਰ ਹੈ। ਮਹਾਰਾਜ ਤੁਸੀਂ ਇੱਥੇ ਵੀ ਸਹਾਈ ਹੋ, ਤੁਸੀਂ ਉੱਥੇ ਵੀ ਸਹਾਈ ਹੋ। ਹੇ ਮਹਾਰਾਜ, ਸਭ ਦੇ ਹਿਰਦੇ ਦੀ ਜਾਣਦੇ ਹੋ, ਜੋ ਵੀ ਕਿਸੇ ਬੰਦੇ ਦੇ ਮਨ ਵਿੱਚ ਚੱਲ ਰਹੀ ਹੈ। ਸਾਧ ਸੰਗਤ ਜੀ, ਅਸੀਂ ਤੇ ਆਪਣੇ ਮਨ ਦੀ ਨਹੀਂ ਜਾਣਦੇ, ਦੂਜੇ ਦੇ ਮਨ ਦੀ ਕੀ ਜਾਣਨੀ ਹੈ। ਤੇ ਗੁਰੂ ਸਭ ਦੇ ਦਿਲਾਂ ਦੀ ਜਾਣਦਾ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਦੇਸ਼ਾਂ ਵਿਦੇਸ਼ਾਂ ਵਿੱਚ, ਸਾਰੀ ਦੁਨੀਆਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਪਸਰਿਆ ਹੋਇਆ ਹੈ। ਗੁਰੂ ਘਰ ਸੰਗਤਾਂ ਆਉਂਦੀਆਂ ਨੇ, ਡੇਰੇ ਲੱਗ ਜਾਂਦੇ, ਆਨੰਦਪੁਰ ਸਾਹਿਬ ਰੋਜ਼ ਹੀ ਮੇਲਾ ਲੱਗਾ ਰਹਿੰਦਾ, ਨਿੱਤ ਖੁਸ਼ੀਆਂ ਰਹਿੰਦੀਆਂ ਨੇ ਗੁਰੂ ਦੇ ਦਰਬਾਰ ਵਿੱਚ, ਰੋਜ਼ ਹੀ ਮੇਲਾ ਲੱਗਾ ਰਹਿੰਦਾ। ਕਦੀ 1000 ਸੰਗਤ ਆਈ, ਕਦੀ 2000 ਆ ਗਈ, ਕਦੀ 5000 ਦਾ ਇਕੱਠ ਹੋ ਗਿਆ, ਕਦੀ 10000 ਦਾ ਇਕੱਠ ਹੋ ਗਿਆ। ਹੋਲੇ ਮਹੱਲੇ 'ਤੇ, ਵੈਸਾਖੀ 'ਤੇ, ਦੀਵਾਲੀ 'ਤੇ, ਦੁਸ਼ਹਿਰੇ 'ਤੇ ਤਾਂ ਸ੍ਰੀ ਅਨੰਦਪੁਰ ਸਾਹਿਬ 'ਤੇ ਸੁੱਟਣ ਨੂੰ ਥਾਂ ਨਹੀਂ ਰਹਿੰਦੀ, ਇੰਨੀਆਂ ਸੰਗਤਾਂ ਆਉਂਦੀਆਂ ਨੇ। ਬੜੇ ਚਾਅ ਨਾਲ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਕੋਲ। ਅਤੇ ਮੇਵੜਾ ਅਰਦਾਸੀਆ ਅਰਦਾਸ ਕਰਦਾ ਗੁਰੂ ਜੀ ਨੂੰ, ਮਹਾਰਾਜ ਕਈ ਦਿਨ ਹੋ ਗਏ ਨੇ ਸੰਗਤਾਂ ਇਕੱਠੀਆਂ ਹੋਈਆਂ ਆਈਆਂ ਬੈਠੀਆਂ ਨੇ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਜਦੋਂ ਮਹਾਰਾਜ ਦੇ ਚਰਨਾਂ 'ਚ ਇਸ ਤਰ੍ਹਾਂ ਮੇਵੜਾ ਬੇਨਤੀ ਕਰਦਾ, ਅਰਦਾਸ ਕਰਦਾ ਹੈ, ਜਦੋਂ ਸੋਢੀ ਕੁਲ ਸਿਰ ਮੋਰ, ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਆਪਣੇ ਮੇਵੜੇ ਤੋਂ ਸੁਣਦੇ ਨੇ ਵੀ ਗੁਰੂ ਕੀ ਸੰਗਤ ਆਈ ਹੈ। ਕਦੀ ਕਹਿੰਦੇ ਮੇਵੜਾ, ਮਹਾਰਾਜ ਕਸ਼ਮੀਰ ਦੀ ਸੰਗਤ ਆਈ ਹੈ। ਕਦੀ ਕਹਿੰਦਾ ਮਹਾਰਾਜ ਕਾਬੁਲ ਤੋਂ ਸੰਗਤ ਆਈ ਹੈ। ਕਦੀ ਕਹਿੰਦਾ ਮਹਾਰਾਜ ਮੁਲਤਾਨ ਤੋਂ ਸੰਗਤ ਆਈ ਹੈ। ਕਦੀ ਕਹਿੰਦਾ ਮਹਾਰਾਜ ਬੰਗਲਾਦੇਸ਼ ਤੋਂ ਸੰਗਤ ਆਈ ਹੈ। ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ, ਮਾਝੇ ਦੀਆਂ, ਮਾਲਵੇ ਦੀਆਂ, ਦੁਆਬੇ ਦੀਆਂ, ਪਿੰਡਾਂ ਦੀਆਂ, ਸ਼ਹਿਰਾਂ ਦੀਆਂ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਨੇ। ਜਦੋਂ ਮਹਾਰਾਜ ਸੁਣਦੇ ਨੇ ਵੀ ਸੰਗਤ ਆਈ ਹੈ, ਫਿਰ ਹੁਕਮ ਦਿੰਦੇ ਨੇ
ਕਿ ਫਰਸ਼ ਵਿਛਾ ਦਿਓ। ਆ ਜਿਹੜੇ ਕਾਲੀਨ ਨੇ, ਗਲੀਚੇ ਨੇ, ਇਹਨਾਂ ਨੂੰ ਫਰਸ਼ ਕਹਿੰਦੇ ਨੇ। ਮਹਾਰਾਜ ਕਹਿੰਦੇ ਫਰਸ਼ ਵਿਛਾਓ, ਦੀਵਾਨ ਲਾਓ, ਤੇ ਆਪ ਵੀ ਸਤਿਗੁਰੂ ਬੜੇ ਸੁੰਦਰ ਵਸਤਰ ਸ਼ਸਤਰ ਪਹਿਨਦੇ ਨੇ, ਬੜਾ ਕੀਮਤੀ ਬਾਲਾ ਚੋਲਾ ਪਹਿਨਦੇ ਨੇ, ਬੜੀ ਸੋਹਣੀ ਦਸਤਾਰ ਸਜਾਉਂਦੇ ਨੇ, ਬੜੇ ਕੀਮਤੀ ਜੇਵਰ, ਹੀਰੇ ਮੋਤੀ ਸੋਨੇ ਚਾਂਦੀ ਦੇ ਸ਼ਸਤਰ ਬਸਤਰ ਪਹਿਨਦੇ ਨੇ, ਜੋ ਦੁਰਲਭ ਹਨ ਜਗਤ ਵਿੱਚ, ਐਸੇ ਗਹਿਣੇ, ਐਸੇ ਸ਼ਸਤਰ, ਐਸੇ ਬਸਤਰ ਕਰਗੀਧਰ ਪਾਤਸ਼ਾਹ ਪਹਿਨਦੇ ਨੇ ਵੀ ਕੋਈ ਰਾਜਾ ਮਹਾਰਾਜਾ ਵੀ ਨਾ ਪਹਿਨ ਸਕਦਾ ਹੋਵੇ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਬੜੀ ਸੱਜ ਧੱਜ ਦੇ ਨਾਲ ਮਹਾਰਾਜ ਦਰਬਾਰ ਚ ਆਉਂਦੇ ਨੇ। ਮਹਾਰਾਜ ਦੇ ਸੀਸ ਦੇ ਉੱਤੇ ਉੱਚੀ ਕਲਗੀ ਸੋਭਾ ਪਾਉਂਦੀ ਹੈ। ਕਲਗੀ ਧਰ ਦੀ ਕਲਗੀ ਸਾਰੇ ਸੰਸਾਰ ਚ ਪ੍ਰਸਿੱਧ ਹੈ। ਫਿਰ ਉਹ ਜਗ੍ਹਾ ਨਾਲ ਲੱਗਦੀ ਜਿਹਦੇ ਚ ਹੀਰੇ ਮੋਤੀ ਜੜੇ ਹੁੰਦੇ ਨੇ, ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਜਗਮਗ ਜਗਮਗ ਹੁੰਦੀ ਹੈ, ਤੇ ਕਰਨ ਕੁੰਡਲ ਪਾਏ ਹੁੰਦੇ ਨੇ। ਜਦੋਂ ਦਰਵਾਜ਼ੇ ਚ ਆਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕੇ ਮਹਿਲਾਂ ਤੋਂ ਬਾਹਰ ਨਿਕਲਦੇ ਨੇ, ਸੰਗਤਾਂ ਹੱਥ ਜੋੜ ਕੇ ਖੜੀਆਂ ਹੁੰਦੀਆਂ ਨੇ ਦੋਵੇਂ ਪਾਸੇ, ਉਦੋਂ ਕਲਗੀਧਰ ਦੇ ਦਰਸ਼ਨ ਹੁੰਦੇ ਨੇ। ਹਜ਼ਾਰਾਂ ਲੋਕ ਏਦਾਂ ਸਿਰ ਝੁਕਾ ਕੇ ਖੜੇ ਹੁੰਦੇ ਨੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ, ਕਿ ਕਲਗੀਧਰ ਪਾਤਸ਼ਾਹ ਦੀਵਾਨ ਵਿੱਚ ਆ ਰਹੇ ਨੇ। ਇਸ ਤਰ੍ਹਾਂ ਮਹਾਰਾਜ ਹਜ਼ਾਰਾਂ ਲੋਕਾਂ ਨੂੰ ਦਰਸ਼ਨ ਦਿੰਦੇ ਹੋਏ ਦਰਬਾਰ ਵਿੱਚ ਪਹੁੰਚਦੇ ਨੇ। ਬੜਾ ਵੱਡਾ ਦੀਵਾਨ ਲੱਗਾ ਹੁੰਦਾ, ਬੇਸ਼ਕੀਮਤੀ, ਜਿਹੜਾ 2.5 ਲੱਖ ਰੁਪਏ ਦੀ ਲਾਗਤ ਦਾ ਤੰਬੂ ਹੈ। ਸਾਧ ਸੰਗਤ ਜੀ, ਕਾਬਲ ਦੇ ਵਿੱਚ ਇੱਕ ਮਸੰਦ ਰਹਿੰਦਾ ਸੀ ਗੁਰੂ ਕਾ ਪਿਆਰਾ, ਉਹਦੇ ਕੋਲ ਦਸਵੰਧ ਭੇਟਾ, ਕਾਬਲ, ਕੰਧਾਰ, ਬਲਖ, ਬੁਖਾਰਾ, ਈਰਾਨ, ਇਰਾਕ ਦੇ ਮੁਲਕਾਂ ਦੀ ਸਾਰੀ ਮਾਇਆ ਇਕੱਠੀ ਹੁੰਦੀ ਸੀ। ਉਹ ਸਾਰੀ ਮਾਇਆ ਅਨੰਦਪੁਰ ਸਾਹਿਬ ਭੇਜਦਾ ਸੀ। ਉਹ ਗੁਰੂ ਕਾ ਪ੍ਰੇਮੀ ਵੀ ਬੜਾ ਸੀ। ਸਾਰੇ ਮਸੰਦ ਇੱਕੋ ਜਿਹੇ ਨਹੀਂ ਹੁੰਦੇ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਜਿਹੜੇ ਚੰਗੇ ਹੁੰਦੇ ਆ ਉਹ ਆਪਣੇ ਜੀਵਨ 'ਚ ਜਸ ਖੱਟ ਜਾਂਦੇ ਆ, ਚੰਗਿਆਈ ਕਰ ਜਾਂਦੇ ਆ। ਜਿਹੜੇ ਮੇਰੇ ਵਰਗੇ ਹੁੰਦੇ ਆ ਉਹ ਆਪਣੇ ਮੱਥੇ 'ਤੇ ਕਾਲਖ ਲਾ ਜਾਂਦੇ ਆ। ਉਹ ਲਾਲਚੀ ਸੁਭਾਅ ਦਾ ਨਹੀਂ ਸੀ, ਗੁਰੂ ਘਰ ਦੀ ਮਾਇਆ ਖਾਣ ਵਾਲਾ ਨਹੀਂ ਸੀ, ਉਹ ਗੁਰੂ ਕਾ ਪ੍ਰੇਮੀ ਸੀ। ਉਹ ਇੱਕ ਕਾਰਖਾਨੇ 'ਚ ਗਿਆ, ਉੱਥੇ ਤੰਬੂ ਬਣ ਰਹੇ ਸਨ। ਉਹਨੇ ਪੁੱਛਿਆ, ਇਹ ਤੰਬੂ ਬੜਾ ਕੀਮਤੀ ਬਣ ਰਿਹਾ, ਕਿਹਦੇ ਵਾਸਤੇ ਬਣ ਰਿਹਾ, ਕਿੰਨੇ ਪੈਸੇ 'ਚ ਬਣ ਰਿਹਾ? ਕਾਰੀਗਰਾਂ ਨੇ ਆਖਿਆ, ਕਾਬਲ ਸ਼ਹਿਰ ਦੀ ਗੱਲ ਹੈ, ਉਹਨੇ ਆਖਿਆ ਜੀ ਇਹ 1.25 ਲੱਖ ਰੁਪਈਏ ਦੀ ਲਾਗਤ ਦਾ ਬਣ ਰਿਹਾ, ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦਾ ਤੰਬੂ ਹੈ, ਇਹ ਦਿੱਲੀ ਜਾਣਾ, ਕਾਬਲ ਤੋਂ ਦਿੱਲੀ ਜਾਣਾ। ਸਿੱਖ ਦੇ ਮਨ 'ਚ ਖਿਆਲ ਆਇਆ, ਝੂਠੇ ਪਾਤਸ਼ਾਹ ਦੇ ਵਾਸਤੇ ਇੰਨਾ ਸੋਹਣਾ ਤੰਬੂ ਬਣ ਰਿਹਾ, ਸੱਚੇ ਪਾਤਸ਼ਾਹ ਦੇ ਵਾਸਤੇ ਤੂੰ ਡਬਲ ਬਣਨਾ ਚਾਹੀਦਾ। ਕਾਰੀਗਰਾਂ ਨੂੰ ਕਹਿਣ ਲੱਗਾ, ਮੈਂ 2.5 ਲੱਖ ਲਵਾਂਗਾ। ਉਹਨੇ 1.25 ਲੱਖ ਲਾਇਆ ਔਰੰਗਜ਼ੇਬ ਨੇ, ਮੈਂ 2.5 ਲੱਖ ਲਾਵਾਂਗਾ, ਇਹਦੇ ਤੋਂ ਡਬਲ ਖਰਚਾ ਕਰ ਦਿਓ, ਤੰਬੂ ਡਬਲ ਸੋਹਣਾ ਬਣਾ ਦਿਓ। ਕਾਰੀਗਰਾਂ ਨੇ 1 ਸਾਲ ਲਾਇਆ ਸੀ ਉਹ ਤੰਬੂ ਤਿਆਰ ਹੋਣ 'ਤੇ। 1 ਸਾਲ 'ਚ ਤੰਬੂ ਬਣਿਆ, ਤੁਸੀਂ ਅੰਦਾਜ਼ਾ ਲਾਓ ਤੰਬੂ ਕਿੰਨਾ ਕੁ ਸੋਹਣਾ ਅਤੇ ਕਿੰਨਾ ਕੁ ਮਹਿੰਗਾ ਹੋਏਗਾ। ਉੱਤੇ ਗੁੰਬਜ ਬਣੇ ਹੋਏ ਸੀ ਸੋਨੇ ਦੇ, ਕਲਸ ਲੱਗੇ ਸੀ, ਸੋਨੇ ਦੀਆਂ ਕਢਾਈਆਂ ਕੱਢੀਆਂ ਹੋਈਆਂ ਬੜੀ ਬਰੀਕੀ ਦੇ ਨਾਲ, ਚਾਂਦੀ ਦੇ ਸੋਨੇ ਦੀਆਂ ਚੋਭਾਂ ਬਣੀਆਂ ਹੋਈਆਂ, ਯਾਨੀ ਉਹ ਆਮ ਤੰਬੂ ਨਹੀਂ ਸੀ ਉਸ ਜ਼ਮਾਨੇ 'ਚ। 2.5 ਲੱਖ ਰੁਪਈਆ ਜਦੋਂ ਅੱਜ ਤੋਂ 300 ਸਾਲ ਪਹਿਲਾਂ ਰੁਪਈਏ ਦੀ ਬੜੀ ਵੈਲਿਊ ਸੀ। ਉਹਨੇ 2.5 ਲੱਖ ਖਰਚ ਕੇ ਕਲਗੀਧਰ ਪਾਤਸ਼ਾਹ ਵਾਸਤੇ ਤੰਬੂ ਬਣਾਇਆ, 100 ਗੱਡਿਆਂ 'ਤੇ ਲੱਦ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ ਕਾਬਲ ਤੋਂ। ਉਹ ਤੰਬੂ ਲੱਗਦਾ, ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ
ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਬੜੇ ਕੀਮਤੀ ਵਸਤਰ ਤੇ ਸ਼ਸਤਰ ਤੇ ਗਹਿਣੇ ਪਹਿਨ ਕੇ ਦਰਬਾਰ ਵਿੱਚ ਆਉਂਦੇ ਹਨ। ਮਹਾਰਾਜ ਦਾ ਸਿੰਘਾਸਨ ਬੜਾ ਸੋਹਣਾ ਸੋਭਾ ਪਾਉਂਦਾ ਹੈ, ਬੜਾ ਵੱਡਾ ਸੁੰਦਰ ਆਸਣ ਲੱਗਦਾ ਹੈ। ਮਹਾਰਾਜ ਦੇ ਉੱਤੇ ਬੜੀ ਸੁੰਦਰ ਚਾਨਣੀ ਚੰਦੋਆ ਲੱਗਦਾ ਤੇ ਪਾਤਸ਼ਾਹ ਚੰਦੋਏ ਥੱਲੇ ਆ ਕੇ ਜਦੋਂ ਬੈਠ ਜਾਂਦੇ ਨੇ ਪਲੰਘ ਦੇ ਉੱਤੇ ਆਸਣ ਦੇ ਉੱਤੇ ਤੇ ਚੌਰ ਬਰਦਾਰ ਗੁਰੂ ਸਾਹਿਬ ਦੇ ਸੀਸ ਤੇ ਚੌਰ ਕਰਦੇ ਨੇ ਔਰ ਸੰਗਤਾਂ ਮਹਾਰਾਜ ਦੇ ਕੋਲ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਆਪਣੀਆਂ ਪ੍ਰੇਮ ਭੇਟਾਵਾਂ ਕੋਈ ਮਾਇਆ ਲੈ ਕੇ ਆਉਂਦਾ, ਕੋਈ ਵਸਤਰ ਲੈ ਕੇ ਆਉਂਦਾ, ਕੋਈ ਬੜੇ ਮਹਿੰਗੇ ਕੀਮਤੀ ਸ਼ਸਤਰ ਲੈ ਕੇ ਆਉਂਦਾ, ਕੋਈ ਗੁਰੂ ਸਾਹਿਬ ਦੀ ਫੌਜ ਵਾਸਤੇ ਘੋੜੇ ਲੈ ਕੇ ਆਉਂਦਾ ਤੇ ਮਹਾਰਾਜ ਨੂੰ ਭੇਟਾ ਧਰ ਕੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੇ ਨੇ, ਮੱਥਾ ਟੇਕਦੇ ਨੇ, ਚਰਨ ਕਮਲਾਂ ਵੱਲ ਵੇਖ ਕੇ ਨਮਸਕਾਰ ਕਰਦੇ ਨੇ, ਗੁਰੂ ਜੀ ਕੇ ਦਰਸ਼ਨ ਕੋ ਵੱਲ ਜਾਓ। ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਦੀਵਾਨ ਚ ਬਹਿ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ, ਹਜ਼ਾਰਾਂ ਸੰਗਤਾਂ ਦਰਸ਼ਨ ਕਰਦੀਆਂ ਨੇ ਜਦੋਂ ਦੀਵਾਨ ਲੱਗਦਾ ਹੈ। ਮਹਾਰਾਜ ਹਜ਼ਾਰਾਂ ਸਿੱਖਾਂ ਦੀਆਂ ਭਾਵਨਾ ਪੂਰੀਆਂ ਕਰਦੇ ਨੇ, ਜੋ ਕੋਈ ਆ ਕੇ ਇੱਛਾ ਕਰਦਾ ਜਿੱਦਾਂ ਜਿੱਦਾਂ ਦੀ ਇੱਛਾ ਕਰਦਾ ਸਤਿਗੁਰੂ ਦੀ ਇੱਛਾ ਪੂਰੀ ਕਰ ਦਿੰਦੇ ਨੇ। ਗੁਰੂ ਸਾਹਿਬ ਦੇ ਕੋਲ ਮਾਇਆ ਦੇ ਧਨ ਪਦਾਰਥਾਂ ਦੇ ਢੇਰ ਲੱਗ ਜਾਂਦੇ ਨੇ, ਇੰਨੀਆਂ ਭੇਟਾਵਾਂ ਚੜ੍ਹਦੀਆਂ ਨੇ, ਇੰਨਾ ਚੜ੍ਹਾਵਾ ਚੜ੍ਹਦਾ ਹੈ ਵੀ ਉਹ ਅਬਾਰ ਲੱਗ ਜਾਂਦੇ ਨੇ। ਕੋਈ ਕੱਪੜੇ ਲੈ ਕੇ ਆ ਰਿਹਾ ਪਸ਼ਮੀਨੇ ਦੇ, ਕੋਈ ਖੀਨ ਖਾਬ ਲੈ ਕੇ ਆ ਰਿਹਾ, ਕੋਈ ਬੋਸਕੀ ਲੈ ਕੇ ਆ ਰਿਹਾ ਤੇ ਕੋਈ ਸ਼ਸਤਰ ਢਾਲ, ਕੋਈ ਤਲਵਾਰ, ਕੋਈ ਪੇਸ਼ਕਵਜ, ਕੋਈ ਖੰਜਰ, ਕੋਈ ਕਟਾਰ, ਕੋਈ ਬਿਛੂਆ, ਕੋਈ ਬੁਗਦਾ ਲੈ ਕੇ ਆ ਰਿਹਾ, ਕੋਈ ਚੰਗੀ ਬੰਦੂਕ ਤੇ ਕੋਈ ਤੀਰ ਕਮਾਨ ਲੈ ਕੇ ਆ ਰਿਹਾ, ਕੋਈ ਗੁਰੂ ਕੇ ਲੰਗਰਾਂ ਵਾਸਤੇ ਰਾਸ਼ਨ ਪਾਣੀ ਰਸਤਾ ਬਸਤਾ ਲੈ ਕੇ ਆ ਰਿਹਾ ਤੇ ਕੋਈ ਚੰਗੇ ਘੋੜੇ ਲੈ ਕੇ ਆ ਰਿਹਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਜਦੋਂ ਭੇਟਾਵਾਂ ਚੜ੍ਹਦੀਆਂ ਨੇ ਤਾਂ ਅੰਬਾਰ ਲੱਗ ਜਾਂਦੇ ਨੇ, ਢੇਰ ਲੱਗ ਜਾਂਦੇ ਨੇ, ਬੜੇ ਕੀਮਤੀ ਵਸਤਰ, ਬੜੇ ਕੀਮਤੀ ਸ਼ਸਤਰ ਜਿਨ੍ਹਾਂ ਦਾ ਮੁੱਲ ਹੀ ਬੜਾ ਹੁੰਦਾ। ਅੱਜ ਕੱਲ੍ਹ ਤੇ ਸਾਧ ਸੰਗਤ ਜੀ ਸ਼ਸਤਰਾਂ ਦਾ ਸਿੱਖਾਂ ਨੂੰ ਪਤਾ ਹੀ ਨਹੀਂ ਰਿਹਾ, ਕਿਸੇ ਨੂੰ ਦੱਸ ਦਈਏ ਨਾ ਵੀ ਆਹ ਤਲਵਾਰ ਲੱਖ ਰੁਪਏ ਦੀ ਜਾਂ 50,000 ਦੀ ਜਾਂ 20,000 ਦੀ ਆਈ, ਕਹਿੰਦੇ ਲੈ ਇਹ ਲੋਹੇ ਜਿਹਨੂੰ ਕੀ ਲੱਗਾ ਹੋਇਆ, ਉੱਥੋਂ ਅੰਮ੍ਰਿਤਸਰ ਤੋਂ 250 ਦੀ ਕਿਰਪਾਨ ਮਿਲ ਜਾਂਦੀ ਹੈ। ਉਹ ਸ਼ਸਤਰ ਨਹੀਂ ਸਾਧ ਸੰਗਤ ਜਿਹੜੇ ਆ ਮਾਰਕੀਟ 'ਚ ਵਿਕਦੇ ਆ ਬਾਜ਼ਾਰਾਂ ਵਿੱਚ, ਇਹ ਸ਼ਸਤਰਾਂ ਨਾਲ ਨਹੀਂ ਜੰਗ ਲੜਿਆ ਕਲਗੀਧਰ ਪਾਤਸ਼ਾਹ ਨੇ, ਇਹ ਤਾਂ ਗੱਤਕੇ ਵਾਲਿਆਂ ਨੂੰ ਕੰਮ ਨਹੀਂ ਦਿੰਦੇ। ਇੱਕੋ ਸਰੋਪੇ 'ਚ ਤਲਵਾਰ ਸਾਨੂੰ ਮਿਲੀ, ਨਿਆਣੇ ਨੇ ਆ ਕੇ ਮਾਰੀ ਮੁੱਠਾ ਉੱਧਰ ਅਤੇ ਤਲਵਾਰ ਉੱਧਰ, ਉਹ ਨਹੀਂ, ਉਹ ਤਲਵਾਰਾਂ ਜਿਹੜੀਆਂ ਸਤਿਗੁਰਾਂ ਕੋਲ ਚੜ੍ਹਦੀਆਂ ਨੇ ਉਸ ਜ਼ਮਾਨੇ 'ਚ ਵੀ ਹਜ਼ਾਰਾਂ ਰੁਪਈਏ ਦੀਆਂ ਬਣਦੀਆਂ ਸਨ। ਬੜੇ ਕੀਮਤੀ ਸ਼ਸਤਰ ਆਉਂਦੇ ਨੇ ਤੇ ਘੋੜੇ ਵੀ ਲੱਖ ਲੱਖ ਰੁਪਈਏ ਦੇ ਲਾਗਤ ਦੇ, ਬੜੇ ਬੜੇ ਕੀਮਤੀ, ਕੋਈ ਮਾਰਵਾੜੀ ਘੋੜੇ, ਕੋਈ ਸਿੰਧੀ ਘੋੜੇ, ਕੋਈ ਅਰਬੀ ਘੋੜੇ, ਕੋਈ ਤੁਰਕਿਸਤਾਨ ਦੇ ਘੋੜੇ ਗੁਰੂ ਸਾਹਿਬ ਕੋਲ ਸਿੱਖ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਖਰੀਦ ਖਰੀਦ ਕੇ ਲਿਆਉਂਦੇ ਨੇ ਤੇ ਹੱਥ ਜੋੜ ਜੋੜ ਕੇ ਮਹਾਰਾਜ ਨੂੰ ਭੇਟਾ ਕਰਦੇ ਨੇ ਤੇ ਸਤਿਗੁਰਾਂ ਦੀ ਖੁਸ਼ੀ ਲੈਣੀ ਚਾਹੁੰਦੇ ਨੇ। ਮਹਾਰਾਜ ਆਪਣੇ ਸਿੱਖਾਂ ਵੱਲ ਵੇਖਦੇ ਨੇ,
ਉਹਨਾਂ ਦੀ ਭਾਵਨਾ ਵੇਖਦੇ ਨੇ, ਉਹਨਾਂ ਦੀ ਸ਼ਰਧਾ ਵੇਖਦੇ ਨੇ। ਖਾਸ ਕਰਕੇ ਜਿਹੜਾ ਚੰਗਾ ਸ਼ਸਤਰ ਲੈ ਕੇ ਆਵੇ ਨਾ, ਉਹਨੂੰ ਤੇ ਲੋਕ ਪਰਲੋਕ ਦੀਆਂ ਖੁਸ਼ੀਆਂ ਦੇ ਦਿੰਦੇ ਨੇ। ਮਹਾਰਾਜ ਆਪਣੇ ਸੇਵਕਾਂ ਦੀ ਸ਼ਰਧਾ ਵੇਖ ਕੇ ਉਹਨਾਂ ਨੂੰ ਕਲਿਆਣ ਕਰਦੇ, ਉਹਨਾਂ ਦਾ ਮੁਕਤੀ ਦਿੰਦੇ ਨੇ, ਇਹ ਸੰਸਾਰ ਦੇ ਵੀ ਸੁੱਖ ਦਿੰਦੇ ਨੇ ਤੇ ਪਰਲੋਕ ਦੇ ਵੀ ਸੁੱਖ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚੋਂ ਸਾਰਾ ਕੁਛ ਮਿਲਦਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਤੇ ਸਿੱਖ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਸਾਡੇ ਪਰਲੋਕ ਵਿੱਚ ਵੀ ਤੁਸੀਂ ਰਾਖੇ ਬਣਨਾ ਜੇ, ਇੱਥੇ ਵੀ ਤੁਸੀਂ ਹੋ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਤੇ ਗੁਰੂ ਸਾਹਿਬ ਉਹਨਾਂ ਦੀ ਭਾਵਨਾ ਪੂਰੀ ਕਰਦੇ ਨੇ। ਸੰਸਾਰ ਵਿੱਚ ਵੀ ਆਪਣੇ ਸਿੱਖਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗਿਆ ਨਾ ਭਾਈ, ਸਤਿਗੁਰ ਪੂਰਾ ਭੇਜਿਆ, ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ, ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭ ਭਏ ਸਹਾਈ। ਤੇ ਪਰਲੋਕ ਵਿੱਚ ਵੀ ਸਹਾਇਤਾ ਕਰਦੇ ਨੇ। ਮੇਰੇ ਸੱਚੇ ਪਾਤਸ਼ਾਹ ਬੜੇ ਸੁੰਦਰ ਨੇ, ਅਜੇ 15 ਕੁ ਸਾਲ ਦੀ ਉਮਰ ਹੈ, ਅਜੇ ਨਾ ਮੂੰਹ ਤੇ ਦਾੜੀ ਨਾ ਮੁੱਛ ਫੁੱਟੀ ਨਹੀਂ, ਇੰਨਾ ਸੋਹਣਾ ਰੰਗ ਹੈ, ਇੰਨਾ ਸੋਹਣਾ ਰੂਪ ਹੈ ਵੀ ਸੰਗਤਾਂ ਵੇਖਦੇ ਹੀ ਰਹਿ ਜਾਂਦੀਆਂ। ਜਿਹੜਾ ਵੀ ਦਰਸ਼ਨ ਕਰਦਾ ਨਾ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਉਸ ਰੂਪ ਦੇ ਦਰਸ਼ਨ ਕਰਕੇ ਬੰਦੇ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ। ਬਹੁਤ ਸੋਹਣੇ ਬਰੀਕ ਕੱਪੜੇ ਦਾ ਚੋਲਾ ਪਹਿਨਦੇ ਆ ਕਲਗੀਧਰ ਪਾਤਸ਼ਾਹ, ਜਿਹਦੇ ਵਿੱਚ ਉਹਨਾਂ ਦਾ ਸੋਹਣਾ ਸਰੂਪ ਡਲਕਦਾ ਹੈ। ਔਰ ਮਹਾਰਾਜ ਜਿਹੜਾ ਕਮਰ ਕਸਾ ਲਾਉਂਦੇ ਨੇ, ਉਹ ਕਮਰ ਕਸੇ ਦੇ ਦੋਵੇਂ ਕਿਨਾਰਿਆਂ ਤੇ ਸੋਨੇ ਦੀ ਕਢਾਈ ਕੱਢੀ ਹੁੰਦੀ ਹੈ। ਐਸੇ ਸੋਹਣੇ ਰੂਪ ਸਤਿਗੁਰੂ ਆਪਣੇ ਸਿੱਖਾਂ ਨੂੰ ਯੋਗ ਵੀ ਦਿੰਦੇ ਨੇ, ਭੋਗ ਵੀ ਦਿੰਦੇ ਨੇ। ਯੋਗ ਦਾ ਮਤਲਬ ਹੈ ਰੱਬ ਨਾਲ ਜੁੜਨਾ, ਆਤਮ ਗਿਆਨ, ਬ੍ਰਹਮ ਗਿਆਨ, ਸਰੂਪ ਦਾ ਗਿਆਨ ਕਰਾ ਦਿੰਦੇ ਨੇ। ਭੋਗ ਦਾ ਮਤਲਬ ਹੈ ਵੀ ਜੋ ਰੋਟੀ ਕੱਪੜਾ ਮਕਾਨ ਦੁਨੀਆਂ ਵਿੱਚ ਚਾਹੀਦਾ ਉਹ ਵੀ ਦਿੰਦੇ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਹੱਥ ਰੋਗ ਸੋਗ, ਕਹਿੰਦੇ ਰੋਗ ਸੋਗ ਵੀ ਦੂਰ ਕਰਦੇ ਨੇ। ਇਸ ਕਰਕੇ ਸਿੱਖਾਂ ਦਾ ਵਿਸ਼ਵਾਸ ਹੈ ਵੀ ਮੇਰਾ ਸਤਿਗੁਰੂ ਪੂਰਾ ਹੈ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਇਹ ਗੁਰੂ ਦਾ ਘਰ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਸਾਰੇ ਖਜ਼ਾਨੇ ਭਰੇ ਪਏ ਨੇ, ਗੁਰੂ ਦੇ ਖਜ਼ਾਨੇ 'ਚ ਸਾਰੇ ਹੀ ਸੁੱਖ ਨੇ। ਮਹਾਰਾਜ ਦਾ ਦਾਤਾਂ ਦਿੰਦਿਆਂ ਦਾ ਖਜ਼ਾਨਾ ਮੁੱਕਦਾ ਨਹੀਂ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਮਹਾਰਾਜ ਦਾ ਖਜ਼ਾਨਾ ਕੋਟਾਨ ਕੋਟ ਭਰਿਆ ਹੋਇਆ ਹੈ। ਸਾਹਾ ਲਕਸ਼ਮੀ ਜਿਹੜੀ ਹੈ ਨਾ, ਉਹ ਹੱਥ ਜੋੜ ਕੇ ਖੜੀ ਰਹਿੰਦੀ ਖੱਬੇ ਪਾਸੇ, ਲਕਸ਼ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵ ਦੇ ਕਰਿਆ ਨਮਸਕਾਰਾ। ਲਕਸ਼ਮੀ ਕਹਿੰਦੀ ਮੈਨੂੰ ਦੱਸੋ ਹੁਕਮ ਕਰੋ, ਮੈਂ ਕੀ ਸੇਵਾ ਕਰਾਂ, ਹੱਥ ਜੋੜ ਕੇ ਖੜੀ ਰਹਿੰਦੀ ਹੈ। 10 ਅਸ਼ਟ ਸਿੱਧ ਨਿਤ ਸਮੁਖ ਥੀ, ਤੇ 18 9 ਨਿਧੀਆਂ
ਥਾਰਾਂ ਸਿੱਧੀਆਂ, ਹੱਥ ਜੋੜ ਕੇ ਸਾਹਮਣੇ ਖੜੀਆਂ ਰਹਿੰਦੀਆਂ, ਕਹਿੰਦੀਆਂ ਮਹਾਰਾਜ ਸਾਨੂੰ ਹੁਕਮ ਤੇ ਕਰੋ ਕਰੀਏ ਕੀ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਏ। ਹਾਂਜੀ, ਕਹਿੰਦੇ ਰਿੱਧੀਆਂ ਖੱਬੇ ਪਾਸੇ ਖੜੀਆਂ ਰਹਿੰਦੀਆਂ, ਸਿੱਧੀਆਂ ਸੱਜੇ ਸਾਹਮਣੇ ਖੜੀਆਂ ਰਹਿੰਦੀਆਂ, ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਭਰੇ ਪਏ ਹਨ, ਪਰ ਹਿਰਦੇ ਵਿੱਚ ਇੱਕੋ ਹੀ ਬ੍ਰਹਮ ਗਿਆਨ ਹੈ, ਅਹੰ ਬ੍ਰਹਮ ਅਸਮੀ। ਉਹ ਬ੍ਰਹਮ ਰੂਪ ਹਨ, ਬਾਹਰੋਂ ਆਪਣੇ ਆਪ ਨੂੰ ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਬਾਹਰੋਂ ਕਹਿੰਦੇ ਮੈਂ ਮੋਕੋ ਦਾਸ ਤਮਨ ਕਾ ਜਾਨੋ, ਮੈਂ ਉਸ ਪਰਮੇਸ਼ਰ ਦਾ ਦਾਸ ਹਾਂ। ਮੂੰਹ ਤੋਂ ਨਹੀਂ ਕਹਿੰਦੇ ਮੈਂ ਬ੍ਰਹਮ ਹਾਂ, ਪਰ ਅੰਦਰ ਤਾਂ ਬ੍ਰਹਮ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿ, ਅੰਦਰ ਤਾਂ ਉਹ ਰੂਪ ਹੀ ਹੈ, ਅਕਾਲ ਪੁਰਖ ਦਾ ਰੂਪ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਖੀਰਲੇ ਸਮੇਂ ਤਿੰਨ ਬਚਨ ਕਹੇ ਸਨ, ਕਹਿੰਦੇ ਪੁਰਖਾ ਇਹ ਬਚਨ ਖਿਆਲ ਰੱਖਣੇ ਕਿ ਹਿਰਦੇ ਗਿਆਨ ਮੁੱਖ ਭਗਤੀ ਵਰਤਨ ਬੈਰਾਗ। ਹਿਰਦੇ ਜੀ ਦਾ ਬ੍ਰਹਮ ਗਿਆਨ ਹੋਵੇ ਵੀ ਅਸੀਂ ਬ੍ਰਹਮ ਰੂਪ ਹੀ ਹਾਂ, ਪਰਮੇਸ਼ੁਰ ਅਤੇ ਸਾਡੇ ਕੋਈ ਫਰਕ ਨਹੀਂ, ਆਤਮਾ ਪਰਮਾਤਮਾ ਇੱਕੋ ਹੀ ਰੂਪ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਬੂੰਦ ਵੀ ਸਾਗਰ ਹੈ, ਸਾਗਰ ਵੀ ਬੂੰਦ ਹੈ। ਉਹ ਬ੍ਰਹਮ ਗਿਆਨ ਹੈ, ਉਹ ਅੰਦਰ ਹੈ, ਪਰ ਮੂੰਹ ਤੋਂ ਕੀ ਕਹਿੰਦੇ ਨੇ ਮੈਂ ਦਾਸ ਹਾਂ, ਮੈਂ ਸੇਵਕ ਹਾਂ। ਮੁੱਖ ਭਗਤੀ ਇਹਨੂੰ ਭਗਤੀ ਕਹਿੰਦੇ, ਇੱਦਾਂ ਸਿਰ ਝੁਕਿਆ ਰਹਿਣਾ, ਹੱਥ ਜੁੜੇ ਰਹਿਣੇ, ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਣਾ, ਮੈਂ ਤਾਂ ਦਾਸਾਂ ਦਾ ਵੀ ਦਾਸ ਹਾਂ। ਮੋਕੋ ਦਾਸ ਤਮਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਣੋ। ਸ੍ਰੀ ਗੁਰੂ ਗੋਬਿੰਦ ਸਿੰਘ ਅੰਦਰੋਂ ਬ੍ਰਹਮ ਗਿਆਨੀ ਨੇ, ਬਾਹਰੋਂ ਭਗਤ ਨੇ, ਅਤੇ ਵਰਤਨ ਵੈਰਾਗ ਦੀ ਹੈ। ਵਰਤਨ ਵੈਰਾਗ ਕੀ ਹੁੰਦਾ ਵੀ ਆਹ ਜੋ ਕੁਝ ਮੈਂ ਦੇਖ ਰਿਹਾ ਸੁਪਨਾ ਹੀ ਹੈ, ਇਹਨਾਂ 'ਚ ਕੁਛ ਵੀ ਸੱਚਾ ਨਹੀਂ। ਕਵੀ ਸੰਤੋਖ ਸਿੰਘ ਜੀ ਇੱਕ ਜਗ੍ਹਾ 'ਤੇ ਜ਼ਿਕਰ ਕਰਨਗੇ, ਜਦੋਂ ਦੂਜਾ ਸਾਹਿਬਜ਼ਾਦਾ ਜੰਗ 'ਚ ਸ਼ਹੀਦ ਹੋ ਜਾਏਗਾ ਨਾ ਚਮਕੌਰ ਸਾਹਿਬ, ਅਤੇ ਸ਼ਾਮ ਪੈ ਜਾਏਗੀ, ਅਤੇ ਭਾਈ ਸਾਹਿਬ ਉੱਥੇ ਲਿਖਦੇ ਆ, ਕਹਿੰਦੇ ਜਿਹੜੀ ਬ੍ਰਹਮ ਗਿਆਨ ਦੀ ਸਿਖਰਲੀ ਅਵਸਥਾ ਹੁੰਦੀ ਅੱਜ ਦਿਖਾ ਦਿੱਤੀ ਹੈ, ਸਾਹਮਣੇ ਪੁੱਤਰ ਸ਼ਹੀਦ ਹੋ ਗਏ ਨੇ, ਉਹਦਾ ਭਾਣਾ ਤੇਰਾ ਕੀ ਆ ਮਿੱਠਾ ਲੱਗ ਗਿਆ। ਇਹੋ ਜਿਹੀ ਅਵਸਥਾ ਦੇ ਮਾਲਕ ਨੇ, ਬਾਹਰੋਂ ਰਾਜਿਆਂ ਤਰ੍ਹਾਂ ਕਲਗੀਆਂ ਲਾਈਆਂ ਨੇ, ਸੋਨੇ ਦੇ ਗਹਿਣੇ ਪਾਏ ਹੋਏ ਨੇ, ਸ਼ਸਤਰ ਪਾਏ ਹੋਏ ਨੇ, ਬੜੇ ਬੜੇ ਲੱਖਾਂ ਦੇ ਤੰਬੂਆਂ 'ਚ ਬੈਠੇ ਨੇ, ਲੱਖਾਂ ਦੇ ਮਹਿਲਾਂ 'ਚ ਬੈਠੇ ਨੇ, ਅੰਦਰੋਂ ਵੈਰਾਗ ਵਿੱਚ ਵੀ ਹਨ, ਅੰਦਰੋਂ ਪਰਮੇਸ਼ਰ ਦੇ ਪ੍ਰੇਮ ਵਿੱਚ ਹਨ। ਐਸੀ ਅਵਸਥਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਸਦਾ ਹੀ ਆਨੰਦ ਹੈ, ਚਿਹਰੇ 'ਤੇ ਖਿੜਾ ਹੈ, ਅੰਦਰ ਪਰਮੇਸ਼ਰ ਅਕਾਲ ਪੁਰਖ ਨਾਲ ਇੱਕਮਿੱਕ ਹਨ, ਬਾਹਰੋਂ ਸਦਾ ਹੀ ਉਹਨਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ। ਆਹ ਦੋਵੇਂ ਡੌਲਿਆਂ ਦੇ ਵਿੱਚ ਇੰਨਾ ਬਲ ਹੈ, ਇੰਨੀ ਸ਼ਕਤੀ ਹੈ ਵੀ ਰੋਜ਼ ਮਹਾਰਾਜ ਸੱਚੇ ਪਾਤਸ਼ਾਹ 9 ਟੰਕਾ ਤਨ ਖਿੱਚ ਖਿੱਚ ਕੇ ਕੰਨਾਂ ਦਾ ਤੀਰ ਚਲਾਉਂਦੇ ਨੇ। ਆਹ ਮਹਾਰਾਜ ਦੇ ਦੋਵੇਂ ਬਾਜੂ ਜਿਹੜੇ ਨੇ ਮਾਨੋ ਲੋਹੇ ਦੇ ਬਣੇ ਹੋਏ ਨੇ, ਆਹ ਜਿਹੜੇ ਡੌਲੇ ਨੇ ਇੱਦਾਂ ਨੇ, ਛਾਤੀ ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਵੇਂ ਖਰਾਸ ਦਾ ਪੁੜ ਹੁੰਦਾ ਨਾ, ਇੱਦਾਂ ਦੀ ਮਜ਼ਬੂਤ ਹੈ, ਅਤੇ ਸਾਰਾ ਸਰੀਰ ਹੈ ਨਾ ਜਿਵੇਂ ਉਹਨਾਂ ਨੇ ਕਮਾਇਆ ਹੋਇਆ, ਅੰਗ ਅੰਗ ਉਹਨਾਂ ਦਾ ਵੱਖਰਾ ਵੱਖਰਾ ਦਿਸਦਾ ਹੈ। ਪੂਰੀ ਜਵਾਨੀ ਚੜ੍ਹ ਰਹੇ ਨੇ ਜੇ 15-16 ਸਾਲਾਂ ਦੇ ਨੇ, ਅਤੇ ਹੁਣੇ ਹੀ ਇੰਝ ਲੱਗਦੇ ਨੇ ਵੀ ਜਿਵੇਂ ਉਹ 18-20 ਸਾਲਾਂ ਦੇ ਹੋਣ। ਹਾਂਜੀ, ਇਹ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ, ਅਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ। ਇੱਕ ਦਿਨ ਮਹਾਰਾਜ ਦਾ ਦਰਬਾਰ ਲੱਗਦਾ ਤੇ ਸਾਰੇ ਦਰਸ਼ਨ ਕਰਦੇ ਨੇ। ਕੋਈ ਮਹਾਰਾਜ ਦੇ ਕੋਲ ਇੱਕ ਮਹੀਨਾ ਰਹਿੰਦਾ, ਕੋਈ 10 ਦਿਨ ਰਹਿੰਦਾ, ਕੋਈ 6 ਮਹੀਨੇ ਰਹਿੰਦਾ, ਜਿੰਨਾ ਕਿਸੇ ਕੋਲ ਟਾਈਮ ਹੁੰਦਾ।
ਉਹ ਆਪਣਾ ਸਮਾਂ ਗੁਰੂ ਘਰ ਚ ਲਾ ਕੇ ਸਫਲਾ ਕਰਦੇ ਨੇ ਸਿੱਖ, ਬੜੇ ਚਾਹ ਦੇ ਨਾਲ ਰਹਿੰਦੇ ਨੇ, ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ। ਜਿਹਨਾਂ ਦਾ ਸ਼ੌਂਕ ਹੁੰਦਾ ਸ਼ਸਤਰ ਵਿੱਦਿਆ ਦਾ, ਉਹ ਸ਼ਸਤਰ ਵਿੱਦਿਆ ਸਿੱਖਦੇ ਨੇ। ਜਿਹਨਾਂ ਦਾ ਸ਼ੌਂਕ ਹੁੰਦਾ ਸੇਵਾ ਸਿਮਰਨ ਦਾ, ਉਹ ਸੇਵਾ ਸਿਮਰਨ ਕਰਦੇ ਨੇ। ਕਿਉਂਕਿ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਨਹੀਂ ਨਾ ਹੁੰਦੀ, ਸਾਰਿਆਂ ਨੂੰ ਸਾਧ ਸੰਗਤ ਜੀ ਇੱਕੋ ਰਸੇ ਜਾਣਾ ਵੀ ਨਹੀਂ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਰੇ ਘਰ ਦੇ ਬੰਦੇ ਇੱਕੋ ਹੀ ਕੰਮ ਕਰਨ ਲੱਗ ਜਾਣ, ਘਰ ਚੱਲ ਜਾਏਗਾ। ਆਪਾਂ ਸਾਰਿਆਂ ਨੂੰ ਕਹਿੰਦੇ ਇੱਕੋ ਜਿਹੇ ਬਣ ਜਾਓ, ਕੋਈ ਸੇਵਾ ਕਰਨ ਵਾਲਾ, ਕੋਈ ਸਿਮਰਨ ਕਰਨ ਵਾਲਾ, ਕੋਈ ਸ਼ਸਤਰ ਵਿੱਦਿਆ ਦਾ ਅਭਿਆਸੀ। ਉਹ ਸਾਰੇ ਗੁਰੂ ਨੇ ਕੰਮ ਚਲਾਉਣੇ ਹੁੰਦੇ ਆ। ਗੁਰੂ ਸਾਹਿਬ ਕੋਲ ਸਭ ਤਰ੍ਹਾਂ ਦੇ ਆਉਂਦੇ ਆ ਅਤੇ ਮਹਾਰਾਜ ਸਭ ਦੀ ਮਨੋਕਾਮਨਾ ਪੂਰੀ ਕਰਦੇ ਆ। ਹਾਂਜੀ, ਕੋਈ ਛੇ ਮਹੀਨੇ ਰਹਿ ਕੇ ਗੁਰੂ ਘਰ ਸੇਵਾ ਕਰਦਾ ਹੈ ਤੇ ਕੋਈ ਕਹਿੰਦਾ ਮਹਾਰਾਜ ਮੈਨੂੰ ਇਹ ਦੱਸੋ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਜੀਵ ਕੀ ਹੈ, ਈਸ਼ਵਰ ਕੀ ਹੈ, ਜੀਵ ਈਸ਼ਵਰ ਦਾ ਭੇਦ ਕੀ ਹੈ। ਆਖੋ ਸਤਨਾਮ ਸੇ। ਪੰਜ ਪ੍ਰਕਾਰ ਦਾ ਭੇਦ ਹੈ ਸਾਧ ਸੰਗਤ ਜੀ। ਜੀਵ ਜੀਵ ਦਾ ਭੇਦ ਹੈ, ਇੱਕ ਜੀਵ ਦੂਜੇ ਜੀਵ ਤੋਂ ਵੱਖਰਾ ਹੈ। ਦੋ ਬੰਦੇ ਬੈਠੇ ਨੇ, ਆਪਾਂ ਇੱਕ ਤਾਂ ਨਹੀਂ ਕਹਿ ਸਕਦੇ, ਕੋਈ ਕਹਾਂਗੇ ਦੋ ਨੇ, ਸਰੀਰ ਦਿਸਦੇ ਆ। ਇੱਕ ਜੀਵ ਦੇ ਮਨ 'ਚ ਖਿਆਲ ਹੋਰ ਆ ਰਿਹਾ, ਦੂਜੇ ਜੀਵ ਦੇ ਮਨ 'ਚ ਖਿਆਲ ਹੋਰ ਆ ਰਿਹਾ। ਇੱਕ ਜੀਵ ਨੇ ਰੋਟੀ ਖਾ ਲਈ, ਰੱਜਿਆ ਬੈਠਾ, ਦੂਜਾ ਭੁੱਖ ਨਾਲ ਕਹਿੰਦਾ ਛੇਤੀ ਰੋਟੀ ਆਵੇ। ਫਰਕ ਹੈ ਨਾ, ਕਹਿੰਦਾ ਜੀਵ ਜੀਵ ਦਾ ਭੇਦ ਹੈ। ਕਹਿੰਦੇ ਜੜ ਤੇ ਜੀਵ ਦਾ ਭੇਦ ਹੈ। ਜੜ ਉਹਨੂੰ ਕਹਿੰਦੇ ਜਿਹੜੀ ਚੀਜ਼, ਜਿਵੇਂ ਕੋਈ ਪੱਥਰ ਹੈ, ਕੋਈ ਇੱਟ ਹੈ, ਕੋਈ ਲੱਕੜੀ ਹੈ, ਕੋਈ ਲੋਹਾ ਹੈ, ਕੋਈ ਕੱਪੜਾ, ਉਹ ਜੜ ਹੈ। ਉਹ ਸਾਨੂੰ ਪਤਾ ਵੀ ਇਹ ਕੱਪੜਾ, ਪਰ ਕੱਪੜੇ ਨੂੰ ਨਹੀਂ ਪਤਾ ਵੀ ਇਹ ਬੰਦਾ ਉੱਤੇ ਬੈਠਾ, ਇਹ ਭੇਦ ਹੈ। ਕਹਿੰਦੇ ਫਿਰ ਜੜ ਦਾ ਅਤੇ ਈਸ਼ਵਰ ਦਾ ਭੇਦ ਹੈ। ਈਸ਼ਵਰ ਚੇਤਨ ਹੈ, ਇਹ ਜੜ ਵਿਚਾਰਾ ਜੜ ਹੈ। ਫਿਰ ਜੀਵ ਦੇ ਈਸ਼ ਦਾ ਭੇਦ ਹੈ। ਜੀਵ ਵੱਲ ਪੱਗ ਥੋੜ੍ਹੇ ਗਿਆਨ ਵਾਲਾ, ਈਸ਼ਵਰ ਸਰਬੱਗ ਸਾਰੇ ਗਿਆਨ ਵਾਲਾ। ਇਹ ਪੰਜੇ ਪ੍ਰਕਾਰ ਦਾ ਜਿਹੜਾ ਭੇਦ ਹੈ, ਇਹਨੂੰ ਮਿਟਾਉਣ ਵਾਲਾ ਕੌਣ ਹੈ? ਸਾਰੇ ਫਰਕ ਮਿਟਾ ਸਕਦਾ ਅਤੇ ਗੁਰੂ ਮਿਟਾ ਸਕਦਾ, ਹੋਰ ਕੋਈ ਨਹੀਂ ਮਿਟਾ ਸਕਦਾ। ਖੋ ਸਤਨਾਮ ਸ੍ਰੀ। ਗੁਰੂ ਇਹ ਸਾਰੇ ਭੇਦ ਮਿਟਾ ਕੇ ਇੱਕ ਕਰ ਦਿੰਦਾ, ਇੱਕ ਓਅੰਕਾਰ। ਇੱਕ ਓਅੰਕਾਰ ਕਹਿ ਦਾ ਆਪਾਂ ਸਾਰੇ ਦਿੰਦੇ ਹਾਂ, ਪਰ ਇੱਕ ਓਅੰਕਾਰ 'ਤੇ ਪੜ੍ਹਨਾ ਬੜਾ ਔਖਾ ਹੈ, ਗੁਰੂ ਦੀ ਕਿਰਪਾ ਨਾਲ ਹੋ ਸਕਦਾ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਕੋਈ ਕਹਿੰਦਾ ਮਹਾਰਾਜ ਮੇਰਾ ਜੀਵ ਅਤੇ ਇਸ਼ ਦਾ ਭੇਦ ਮਿਟਾ ਦਿਓ, ਤੇ ਮਹਾਰਾਜ ਉਹਨੂੰ ਬ੍ਰਹਮ ਗਿਆਨ ਦੇ ਕੇ ਉਹ ਭੇਦ ਮਿਟਾ ਦਿੰਦੇ ਨੇ। ਤੇ ਕੋਈ ਪ੍ਰੇਮਾ ਭਗਤੀ 'ਚ ਰਹਿੰਦਾ, ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਤੇਰੀ ਪ੍ਰਭਾਇਓ, ਉਹਨੂੰ ਗਿਆਨ ਦੀ ਲੋੜ ਹੀ ਨਹੀਂ। ਉਹ ਕਹਿੰਦਾ ਮੈਂ ਤੇ ਪਰਮੇਸ਼ਰ ਦੇ ਗੁਣ ਗਾਈ ਜਾਵਾਂ, ਇਹੀ ਮੈਨੂੰ ਆਨੰਦ ਹੈ। ਜਿੱਥੇ ਸੁੱਟੇਗਾ ਉੱਥੇ ਹੀ ਠੀਕ ਹੈ। ਜੇ ਪਰਮੇਸ਼ਰ ਨਰਕਾਂ 'ਚ ਭੇਜੇਗਾ, ਆਪਾਂ ਨਰਕਾਂ ਵਿੱਚ ਵੀ ਆਨੰਦ ਲਵਾਂਗੇ। ਐਸੇ ਵੀ ਹੁੰਦੇ ਭਗਤ, ਉਹ ਕਹਿੰਦੇ ਸਾਨੂੰ ਮੁਕਤੀ ਵੀ ਨਹੀਂ ਚਾਹੀਦੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਵੱਖਰੀ ਵੱਖਰੀ ਅਵਸਥਾ ਹੈ। ਸੋ ਕਈ ਤਾਂ ਮਹਾਰਾਜ ਦੇ ਬ੍ਰਹਮ ਗਿਆਨ ਲੈ ਕੇ ਮੁਕਤ ਹੋ ਜਾਂਦੇ ਆ, ਅਤੇ ਕਈ ਕਹਿੰਦੇ ਅਸੀਂ ਬ੍ਰਹਮ ਗਿਆਨ ਵੀ ਨਹੀਂ ਲੈਣਾ, ਅਸੀਂ ਤਾਂ ਵਾਰ ਵਾਰ ਜੰਮਾਂਗੇ, ਇਸੇ ਦੁਨੀਆ 'ਤੇ ਆਵਾਂਗੇ, ਕਲਗੀਧਰ ਦੀ ਸਿੱਖੀ ਲਵਾਂਗੇ, ਸਿੱਖ ਸਜਾਂਗੇ, ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਫਿਰ ਜੰਗ ਲੜਾਂਗੇ, ਸ਼ਹੀਦੀ ਪਾਵਾਂਗੇ, ਫਿਰ ਆਵਾਂਗੇ। ਅਸੀਂ ਤਾਂ ਮਹਾਰਾਜ ਦੇ ਕੋਲ ਹੀ ਰਵਾਂਗੇ। ਉਹ ਵੀ ਪ੍ਰੇਮਾ ਭਗਤੀ 'ਚ ਰਹਿੰਦੇ ਹਨ। ਜਨਮਾਂ ਜਨਮਾਂ ਦੇ ਸੁੱਤੇ ਹੋਏ ਜੀਵ ਗੁਰੂ ਕੋਲ ਆ ਕੇ ਜਾਗ ਪੈਂਦੇ ਹਨ। ਆਖੋ ਸਤਨਾਮ ਸ੍ਰੀ ਗੁਰੂ। ਜਨਮਾਂ ਜਨਮਾਂ ਦੇ ਸੁੱਤਿਆਂ ਨੂੰ ਸਤਿਗੁਰੂ ਕਹਿੰਦਾ ਜਾਗ ਰਿਹੋ ਰੇ ਮਨਾ, ਜਾਗ ਰਿਹੋ, ਕਹਾਂ ਗਾਫਲ ਸੋਇਆ। ਜਿਹੜਾ ਜੀਵ ਆਤਮਾ ਕਰੋੜਾਂ ਅਰਬਾਂ ਖਰਬਾਂ ਜਨਮਾਂ ਤੋਂ ਸੁੱਤੀ ਪਈ ਹੈ, ਆਖੋ ਸਤਨਾਮ ਸ੍ਰੀ ਗੁਰੂ, ਕਦੋਂ ਤੋਂ ਹੈ ਕੋਈ ਨਹੀਂ ਦੱਸ ਸਕਦਾ, ਟਾਈਮ ਕੋਈ ਨਹੀਂ ਹੈ।
ਲੱਖਾਂ ਸਾਲਾਂ ਤੋਂ, ਕਰੋੜਾਂ ਤੋਂ, ਅਰਬਾਂ ਤੋਂ, ਖਰਬਾਂ ਤੋਂ, ਨਹੀਂ, ਕਹਿੰਦੇ ਬਸ ਕੋਈ ਅੰਤ ਹੀ ਨਹੀਂ, ਕਦੋਂ ਦਾ ਇਹ ਸੁੱਤਾ ਪਿਆ। ਅਤੇ ਜਦੋਂ ਗੁਰੂ ਕੋਲ ਆਉਂਦਾ, ਗੁਰੂ ਜਗਾ ਦਿੰਦਾ ਹੈ। ਹਾਂਜੀ, ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦਾ ਸਾਥ ਨਹੀਂ ਛੱਡਦੇ। ਉਹ ਕਹਿੰਦੇ ਬਸ ਜਿਸ ਗੁਰੂ ਨੇ ਸਾਨੂੰ ਜਗਾ ਦਿੱਤਾ, ਹੁਣ ਇਹਦੀ ਸੇਵਾ ਕਰਾਂਗੇ, ਅਸੀਂ ਹੋਰ ਕੁਛ ਨਹੀਂ ਚਾਹੁੰਦੇ। ਉਹ ਗੁਰੂ ਕੋਲੋਂ ਸ਼ਾਂਤੀ ਲੈਂਦੇ ਨੇ, ਸੁੱਖ ਲੈਂਦੇ ਨੇ, ਉਹਨਾਂ ਦੇ ਮਨ ਦੇ ਸਾਰੇ ਦਵੰਦ ਨਾਸ ਹੋ ਜਾਂਦੇ ਨੇ। ਹਜ਼ਾਰਾਂ ਮਹੀਨਾ ਤੋਂ ਸਿੱਖ ਆਉਂਦੇ ਨੇ, ਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਆਨੰਦ ਪਾਉਂਦੇ ਨੇ, ਤੇ ਕਦੇ ਗੁਰੂ ਸਾਹਿਬ ਦੇ ਸਾਕਸ਼ਾਤ ਦਰਸ਼ਨ ਹੁੰਦੇ ਨੇ, ਅਕਾਲ ਪੁਰਖ ਸਰੂਪ ਦੇ ਦਰਸ਼ਨ ਹੁੰਦੇ ਨੇ, ਤੇ ਗੁਰੂ ਦੇ ਸਰੂਪ ਦਾ ਧਿਆਨ ਧਰਦੇ ਨੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਦਾ ਸ਼ਬਦ ਮੰਤਰ ਮਨ ਮਾਨ, ਉਹਨਾਂ ਨੂੰ ਦਿਨ ਰਾਤ ਕਲਗੀ ਧਾਰੀ ਦਰਸ਼ਨ ਦਿੰਦੇ ਰਹਿੰਦੇ ਨੇ। ਉਹ ਸੁਪਨੇ ਵਿੱਚ ਵੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਐਸੇ ਪ੍ਰੇਮੀ ਸਿੱਖ ਹੁੰਦੇ ਨੇ। ਤੇ ਕਲਗੀਧਰ ਪਾਤਸ਼ਾਹ ਜੀ ਦੁਪਹਿਰ ਦੇ 12-1 ਵਜੇ ਤੋਂ ਬਾਅਦ ਨਗਾਰਿਆਂ ਤੇ ਚੋਭਾ ਲਾ ਕੇ ਸ਼ਿਕਾਰ ਕਰਨ ਲਈ ਜਾਂਦੇ ਨੇ। ਮਹਾਰਾਜ ਫੌਜ ਲੈ ਕੇ ਚੜ੍ਹਦੇ ਨੇ ਸ਼ਿਕਾਰ ਨੂੰ। ਸ਼ਿਕਾਰੀ ਕੁੱਤੇ ਸਤਿਗੁਰੂ ਜੀ ਨੇ ਰੱਖੇ ਹੋਏ ਨੇ ਬੜੇ ਬੜੇ ਕੰਮ ਦੇ, ਜਿਹੜੇ ਹਿਰਨਾਂ ਨੂੰ ਵੀ ਨਹੀਂ ਜਾਣ ਦਿੰਦੇ, ਬੜੇ ਤੇਜ਼ ਦੌੜਦੇ ਨੇ ਸ਼ਿਕਾਰੀ ਕੁੱਤੇ, ਤੇ ਬਾਜ ਰੱਖੇ ਹੋਏ ਨੇ ਮਹਾਰਾਜ ਨੇ, ਜਿਹੜੇ ਉੱਤੋਂ ਝਪੜ ਮਾਰ ਕੇ ਪੰਛੀਆਂ ਨੂੰ ਲੈ ਲੈਂਦੇ ਨੇ, ਤੇ ਸਾਧ ਸੰਗਤ ਸ਼ਿਕਰੇ, ਇਹ ਸਾਰੇ ਸ਼ਿਕਰੇ ਬਾਜ, ਜੁਰੇ, ਸ਼ਾਹੀਨ, ਟੇਢੀ, ਤੁਰਮਤੀ, ਬਹਿਰੀ, ਬਹਿਰੀ ਪੱਚਾ, ਇਹ ਸ਼ਿਕਾਰੀ ਪੰਛੀਆਂ ਦੀ ਨਸਲਾਂ ਨੇ, ਉਹ ਸਾਰੇ ਗੁਰੂ ਸਾਹਿਬ ਨੇ ਰੱਖੇ ਹੋਏ ਨੇ। ਔਰ ਸਾਧ ਸੰਗਤ ਜੀ ਜੰਗਲਾਂ 'ਚੋਂ ਜਾਨਵਰਾਂ ਨੂੰ ਲੱਭ ਲੱਭ ਕੇ ਮਾਰਦੇ ਨੇ, ਕਦੀ ਹਿਰਨਾਂ ਦਾ ਸ਼ਿਕਾਰ ਕਰਦੇ ਨੇ, ਕਦੀ ਜੰਗਲੀ ਸੂਰਾਂ ਦਾ ਸ਼ਿਕਾਰ ਕਰਦੇ ਨੇ, ਕਦੀ ਰਿੱਛਾਂ ਦਾ ਕਰਦੇ ਨੇ, ਕਦੀ ਸ਼ੇਰ ਵੀ ਟੱਕਰ ਜਾਂਦਾ ਜੰਗਲ ਵਿੱਚ, ਤੇ ਸਤਿਗੁਰੂ ਉਹਦਾ ਵੀ ਸ਼ਿਕਾਰ ਕਰਦੇ ਨੇ। ਇਹ ਕਿਉਂ ਕਰਦੇ ਨੇ? ਅੱਜ ਕੱਲ੍ਹ ਕਿੰਤੂ ਪ੍ਰੰਤੂ ਵਾਲਿਆਂ ਨੇ ਬਹੁਤ ਸਾਧ ਸੰਗਤ ਜੀ ਭੁਲੇਖੇ ਪਾ ਤੇ, ਆਖੇ ਜੀ ਗੁਰੂਆਂ ਨੂੰ ਕੀ ਲੋੜ ਹੈ ਸ਼ਿਕਾਰ ਕਰਨ ਦੀ। ਸਾਧ ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ਸਤਰ ਵਿੱਦਿਆ ਸਿਖਾਉਂਦੇ ਸੀ। ਜਿਹੜਾ ਇੱਕ ਜਾਨਵਰ ਨੂੰ ਨਹੀਂ ਝਟਕ ਸਕਿਆ, ਉਹ ਜੰਗ ਦੇ ਮੈਦਾਨ 'ਚ ਦੁਸ਼ਮਣ ਦਾ ਸਿਰ ਕਿਵੇਂ ਲਾਏਗਾ? ਉਹ ਤਾਂ ਖੂਨ ਵੇਖ ਕੇ ਡਰ ਜਾਏਗਾ। ਜਿਹਨੇ ਪਹਿਲੀ ਵਾਰੀ ਖੂਨ ਵੇਖਿਆ ਹੋਵੇ ਨਾ, ਉਹਨੂੰ ਤਾਂ ਉੱਥੇ ਹੀ ਹਾਰਟ ਅਟੈਕ ਹੋ ਜਾਂਦਾ, ਉਹਨੂੰ ਤਾਂ ਉਲਟੀਆਂ ਆ ਜਾਂਦੀਆਂ। ਮੈਂ ਕਈ ਵਾਰੀ ਦੇਖਿਆ, ਉਹ ਜੰਗ ਦੇ ਮੈਦਾਨ ਵਿੱਚ ਖੜ੍ਹਨਾ ਕੋਈ ਸੌਖਾ ਕੰਮ ਹੈ? ਉੱਦਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਿਕਾਰ ਖਿਡਾਉਣ ਲੈ ਜਾਂਦੇ ਨੇ, ਕਹਿੰਦੇ ਬੰਦੂਕਾਂ ਨਾਲ, ਤੀਰਾਂ ਨਾਲ ਸ਼ਿਕਾਰ ਖੇਡਦੇ ਨੇ, ਕਹਿੰਦੇ ਬਰਛੇ ਦਾ ਵਾਰ ਕਰਦੇ ਨੇ ਘੋੜੇ ਦੁੜਾ ਦੁੜਾ ਕੇ, ਔਰ ਤੇਜ਼ ਘੋੜੇ ਉੱਡਦੇ ਨੇ, ਹਵਾ ਦੀ ਤਰ੍ਹਾਂ ਦੌੜਦੇ ਨੇ ਘੋੜੇ ਜੰਗੀ। ਮਹਾਰਾਜ ਸੱਚੇ ਪਾਤਸ਼ਾਹ ਜੰਗਲਾਂ ਨੂੰ ਗਾਂਧੇ ਫਿਰਦੇ ਨੇ, ਪਹਾੜੀ ਇਲਾਕੇ 'ਚ ਫਿਰਦੇ ਨੇ, ਮਹਾਰਾਜ ਬਾਜ ਨੂੰ ਛੱਡਦੇ ਨੇ, ਪੰਛੀਆਂ ਨੂੰ ਢਾ ਲੈਂਦਾ ਜਾ ਕੇ। ਇਸ ਤਰ੍ਹਾਂ ਸਤਿਗੁਰੂ ਆਪਣੇ ਜੰਗ ਦੇ ਕੌਤਕ ਕਰਦੇ ਨੇ, ਇਹ ਮਹਾਰਾਜ ਤਮਾਸ਼ਾ ਕਰਦੇ ਨੇ, ਸ਼ਿਕਾਰ ਦੀ ਲੀਲਾ ਕਰਦੇ ਨੇ। ਔਰ ਸਤਿਗੁਰੂ ਕਲਗੀਧਰ ਮਹਾਰਾਜ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ 50-50, 100-100 ਮੀਲ 'ਚ ਵਿਚਰਦੇ ਨੇ। ਮਹਾਰਾਜ ਘੋੜਿਆਂ ਨੂੰ ਏਦਾਂ ਨਚਾਉਂਦੇ ਨੇ ਜਿਵੇਂ ਮੋਰ ਨੱਚਦੇ ਨੇ, ਪੈਲਾਂ ਪਾਉਂਦੇ ਨੇ ਗੁਰੂ ਦੇ ਘੋੜੇ, ਕਹਿੰਦੇ ਗੋਲੀਆਂ ਚਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ ਸ਼ੇਰਾਂ ਨੂੰ ਟੋਲਦੇ ਮਾਰਦੇ ਨੇ।
ਉਹ ਕਹਿੰਦੇ ਡੋਰ ਛੱਡ ਕੇ ਸਿਚਾਨੇ ਨੂੰ ਛੱਡਦੇ ਨੇ ਪੰਛੀ ਦੇ ਉੱਤੇ, ਕਹਿੰਦੇ ਪਿੱਛੇ ਦੌੜ ਦੌੜ ਕੇ ਸ਼ਿਕਾਰ ਨੂੰ ਮਾਰਦੇ ਨੇ, ਸ਼ੋਰ ਮਚਾ ਕੇ ਮਾਰ ਲੋ ਕਰਕੇ ਜੰਗਲ ਚ ਰੌਲਾ ਪਾ ਕੇ, ਤੇ ਉਹ ਜਦੋਂ ਰੌਲਾ ਸੁਣਦੇ ਨਾ ਜਾਨਵਰ, ਫਿਰ ਨਿਕਲਦੇ ਨੇ ਝਾੜੀਆਂ ਚੋਂ, ਸ਼ਿਕਾਰ ਨੂੰ ਉਠਾਉਣਾ ਪੈਂਦਾ, ਸ਼ਿਕਾਰ ਨੂੰ ਉਠਾ ਕੇ ਫਿਰ ਮਾਰਦੇ ਨੇ, ਕਹਿੰਦੇ ਗੋਲੀਆਂ ਚਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਮਿਰਗਾਂ ਨੂੰ ਮਾਰਦੇ ਨੇ, ਕਹਿੰਦੇ ਕਈ ਵਾਰੀ ਜੰਗਲ ਚੋਂ ਸ਼ੇਰ ਨਿਕਲ ਆਉਂਦਾ ਹੈ, ਮਹਾਰਾਜ ਦੇਰ ਨੀ ਲੱਗਣ ਦੇ, ਸ਼ੇਰ ਨੂੰ ਵੀ ਫੜਕਾ ਦਿੰਦੇ ਨੇ, ਇੰਨਾ ਤੇਜ ਤੀਰ ਮਾਰਦੇ ਨੇ, ਸ਼ੇਰ ਨੂੰ ਤੀਰ ਨਾਲ ਮਾਰ ਦਿੰਦੇ ਨੇ, ਗੋਲੀ ਨਾਲ ਮਾਰ ਦਿੰਦੇ ਨੇ, ਤੇ ਕਈ ਵਾਰੀ ਸ਼ੇਰ ਸਿੱਧਾ ਹੀ ਸਾਹਮਣੇ ਹਮਲਾ ਕਰਦਾ, ਢਾਲ ਤੇ ਰੋਕ ਕੇ ਤਲਵਾਰ ਨਾਲ ਝਟਕ ਦਿੰਦੇ ਨੇ, ਆ ਕਹਿੰਦੇ ਜੰਗਲੀ ਸੂਰਾਂ ਦਾ ਤੇ ਰਿੱਛਾਂ ਦਾ ਵੀ ਸ਼ਿਕਾਰ ਖੇਡਦੇ ਨੇ, ਬਾਰਾਂ ਸਿੰਘਾਂ ਦਾ, ਰੋਜਾਂ ਦਾ, ਚੰਘਾੜਾਂ ਦਾ ਵੀ ਸ਼ਿਕਾਰ ਖੇਡਦੇ ਨੇ, ਮਹਾਰਾਜ ਆਪਣੀ ਫੌਜ ਵੱਲ ਵੇਖ ਵੇਖ ਕੇ ਖੁਸ਼ ਹੁੰਦੇ ਨੇ, ਜਦੋਂ ਨੌਜਵਾਨ ਸ਼ਿਕਾਰ ਮਾਰਦੇ ਨੇ ਮਹਾਰਾਜ ਨੂੰ ਸ਼ਾਬਾਸ਼ ਦਿੰਦੇ ਨੇ, ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਸ਼ਿਕਾਰ ਖੇਡਦੇ ਨੇ ਮਿਰਗਾਂ ਦਾ, ਔਰ ਧੌਂਸਾ ਵਜਾ ਕੇ ਫਿਰ ਪਾਤਸ਼ਾਹ ਆਨੰਦਪੁਰ ਸਾਹਿਬ ਨੂੰ ਮੁੜਦੇ ਨੇ, ਜਦੋਂ ਮਹਾਰਾਜ ਵਾਪਸ ਸ਼ਿਕਾਰ ਖੇਡ ਕੇ ਆ ਰਹੇ ਹੁੰਦੇ ਨੇ, ਸੰਗਤਾਂ ਹੱਥ ਜੋੜ ਕੇ ਖੜੀਆਂ ਹੁੰਦੀਆਂ ਨੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਸ੍ਰੀ ਆਨੰਦਪੁਰ ਸਾਹਿਬ ਚ ਨਿੱਤ ਪ੍ਰਤੀ ਖੁਸ਼ੀਆਂ ਦੇ ਮੰਗਲ ਦੇ ਵਾਜੇ ਵੱਜਦੇ ਨੇ, ਕਹਿੰਦੇ ਸੰਗਤਾਂ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਪਾਤਸ਼ਾਹ ਤੇ ਫੁੱਲਾਂ ਦੀ ਵਰਖਾ ਕਰਦੀਆਂ ਨੇ, ਧੂਪ ਦਿਖਾ ਕੇ ਪਾਤਸ਼ਾਹ ਨੂੰ ਨਮਸਕਾਰ ਕਰਦੀਆਂ ਨੇ, ਕਹਿੰਦੇ ਸਤਿਗੁਰੂ ਦੇ ਸੰਤ ਪਿਆਰੇ ਸਿੱਖ ਬਲਿਹਾਰ ਜਾਂਦੇ ਨੇ ਗੁਰੂ ਤੋਂ ਖੁਸ਼ ਹੁੰਦੇ ਨੇ, ਗੁਰੂ ਦੇ ਦਰਸ਼ਨ ਕਰਕੇ, ਗੁਰੂ ਦੇ ਕੌਤਕ ਕਰਕੇ, ਜਿਹਨਾਂ ਨੂੰ ਗੁਰੂ ਨਾਲ ਪਿਆਰ ਹੈ ਉਹਨਾਂ ਨੂੰ ਗੁਰੂ ਦੀ ਹਰ ਗੱਲ ਚੰਗੀ ਲੱਗਦੀ ਹੈ, ਤੇ ਜਿਹਨਾਂ ਦੇ ਮਨ ਚ ਕਿੰਤੂ ਪਰੰਤੂ ਉਹ ਗੁਰੂ ਦੀ ਹਰ ਗੱਲ ਤੇ ਕਿੰਤੂ ਕਰਦੇ ਨੇ, ਸਾਧ ਸੰਗਤ ਜੀ ਇਹੀ ਫਰਕ ਹੈ ਕਿ ਖਾਲਸਾ ਕਦੀ ਆਪਣੇ ਗੁਰੂ ਦੀ ਕਿਸੇ ਲੀਲਾ ਤੇ ਕਿੰਤੂ ਨਾ ਕਰੇ, ਜੇ ਆਪਣੇ ਗੁਰੂ ਦੀ ਕਿਸੇ ਵੀ ਗੱਲ ਦੇ ਉੱਤੇ ਸ਼ੰਕਾ ਹੈ ਤੇ ਫਿਰ ਸਿੱਖ ਕਾਹਦਾ ਹੋਇਆ, ਫਿਰ ਤਾਂ ਉਹ ਮਨਮਤੀਆਂ ਦਾ ਹੀ ਸਿੱਖ ਹੈ, ਹਾਂਜੀ, ਕਦੀ ਮਹਾਰਾਜ ਘੋੜੇ ਤੇ ਚੜ੍ਹਦੇ ਨੇ, ਕਦੀ ਹਾਥੀ ਦੀ ਸਵਾਰੀ ਕਰਦੇ ਨੇ, ਕਦੀ ਤੀਰਾਂ ਨਾਲ ਨਿਸ਼ਾਨਾ ਲਾਉਂਦੇ, ਕਦੀ ਬੰਦੂਕਾਂ ਨਾਲ, ਕਦੀ ਪਾਤਸ਼ਾਹ ਪਹਾੜਾਂ ਦੀ ਸੈਰ ਕਰਦੇ ਨੇ, ਕਦੀ ਮਹਾਰਾਜ ਪਹਾੜਾਂ ਵਿੱਚ ਤੇ ਜੰਗਲਾਂ ਚ ਵਿਚਰਦੇ ਨੇ, ਕਹਿੰਦੇ ਖੰਜਰਾਂ ਤੁਫੰਗ ਬੰਦੂਕਾਂ ਕਟਾਰਾਂ ਜਿਹੜੀਆਂ ਬੜੀਆਂ ਜ਼ਾਲਮ ਤਿੱਖੀਆਂ ਲੋਕਾਂ ਵਾਲੀਆਂ ਹਨ, ਜਵਾਲਾ ਜਾਲ ਜਾਗਦੀ ਜਿਹਨਾਂ ਚੋਂ ਅੱਗ ਨਿਕਲਦੀ ਆ ਬੰਦੂਕਾਂ ਚੋਂ ਤੋਪਾਂ ਚੋਂ, ਜੰਬੂਏ ਛੋਟੇ ਤੋਪਾਂ ਜਿਹੜੀਆਂ ਨੇ ਉਹ ਵੀ ਸਤਿਗੁਰੂ ਪਾਤਸ਼ਾਹ ਲੈ ਕੇ ਜਾਂਦੇ ਨੇ, ਆ ਟੇਢੇ ਟੇਢੇ ਵਾਲਾਂ ਵਾਲੇ ਚੱਕਰ ਤੇ ਦਮਾਲਿਆਂ ਤੇ ਸਜੇ ਉਹ ਵੀ ਚਲਾਉਂਦੇ ਨੇ, ਤੇ ਮਹਾਰਾਜ ਜਿਹੜੇ ਚੰਦਰਹਾਸ ਚਾਰ ਚਾਰ ਉਂਗਲ ਚੌੜੇ ਤੇਗੇ ਨੇ ਉਹਨਾਂ ਨਾਲ ਵਾਰ ਕਰਦੇ ਨੇ, ਸ੍ਰੀ ਗੋਬਿੰਦ ਸਿੰਘ ਕੀ ਚੜ੍ਹਾਈ ਖੇਲ ਭੈਲ ਕੀ, ਗੁਰੂ ਗੋਬਿੰਦ ਸਿੰਘ ਦੀ ਖੇਲ ਖੇਲ ਵਿੱਚ ਜਿਹੜੀ ਚੜ੍ਹਾਈ ਹੁੰਦੀ ਹੈ ਨਾ ਉਹ ਵੀ ਦੁਸ਼ਮਣ ਦੇ ਲਈ ਕਾਲ ਦਾ ਰੂਪ ਹੁੰਦੀ, ਦੁਸ਼ਮਣ ਉਹਨੂੰ ਵੀ ਵੇਖ ਕੇ ਡਰ ਜਾਂਦਾ, ਅਜੇ ਜੇ ਅਸਲੀ ਚੜ੍ਹਾਈ ਕਰਨ ਤੇ ਫਿਰ ਤਾਂ ਪਤਾ ਨਹੀਂ ਕੀ ਕਰ ਦੇਣਗੇ, ਜਦੋਂ ਉਹ ਖੇਡ ਵਿੱਚ ਹੀ ਮਹੱਲਾ ਹੀ ਖੇਡਦੇ ਨੇ ਤੇ ਉਹਨੇ ਜੀ ਵੈਰੀ ਦਾ ਦਿਲ
ਜਿਹੜਾ ਦਹਿਬ ਜਾਂਦਾ ਹੈ, ਜਦੋਂ ਘੋੜਿਆਂ ਦੇ ਪੌਲ ਧਰਤੀ ਤੇ ਵੱਜਦੇ ਨੇ ਤੇ ਅਸਮਾਨ ਵੀ ਡੋਲਣ ਲੱਗ ਜਾਂਦਾ ਹੈ। ਕਵੀ ਜੀ ਕਹਿੰਦੇ ਘੋੜਿਆਂ ਦੇ ਖੁਰਾਂ ਨਾਲ ਧੂੜ ਉੱਡ ਕੇ ਅਸਮਾਨ ਚ ਛਾ ਜਾਂਦੀ ਹੈ, ਜਿਵੇਂ ਧੁੰਦ ਪੈ ਰਹੀ ਹੋਵੇ, ਅਸਮਾਨ ਚ ਸੂਰਜ ਨਜ਼ਰ ਨਹੀਂ ਆਉਂਦਾ। ਜਦੋਂ ਕਲਗੀ ਧਰ ਦੇ ਘੋੜੇ ਦੌੜਦੇ ਨੇ, ਕਹਿੰਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਮਹਾਰਾਜ ਦੇ ਨਗਾਰੇ ਵੱਜਦੇ ਨੇ ਨਾ ਤੇ ਉਹਨਾਂ ਦੀ ਪਹਿਲਾਂ ਹੀ ਸਾਰੇ ਪਾਸੇ ਖਬਰ ਹੋ ਜਾਂਦੀ ਹੈ। ਜਦੋਂ ਪਹਾੜੀ ਰਾਜ ਨਗਾਰੇ ਦੀ ਆਵਾਜ਼ ਸੁਣਦੇ ਨੇ ਤੇ ਉਹਨਾਂ ਨੂੰ ਆਪਣੀ ਸੋਝੀ ਨਹੀਂ ਰਹਿੰਦੀ। ਐਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਚੜ੍ਹਾਈ ਹੈ, ਉਹਨਾਂ ਦਾ ਪ੍ਰਤਾਪ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਕਥਾ ਸਾਧ ਸੰਗਤ ਜੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖੀ। ਆਹ ਜਿਹੜਾ ਛੰਦ ਹੈ ਉਹਨਾਂ ਨੇ ਆਪਣੀ ਰਮਾਇਣ ਜਿਹੜੀ ਵਾਲਮੀਕੀ ਰਮਾਇਣ ਦਾ ਅਨੁਵਾਦ ਕੀਤਾ ਉਹਦੇ ਵਿੱਚ ਵੀ ਬਾਲਕਾਂਡ 'ਚ ਭਾਈ ਸਾਹਿਬ ਨੇ ਲਿਖਿਆ, ਇੱਥੇ ਵੀ ਲਿਖਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰਗੀ ਦਰ ਪਾਤਸ਼ਾਹ ਦੀ ਸਿਫਤ ਕਰਨਗੇ, ਅੱਗੇ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰਦੇ ਹੁੰਦੇ ਗੁਰਬਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।